ਅਸੀਂ ਅੱਜ ਆਏ ਹਾਂ ਕਿਲਾ ਜਦਾਰ ਸਿੰਘ ਕਿਲਾ ਜਦਾਰ ਸਿੰਘ ਜਿਹੜਾ ਇਹ ਆਫਜ਼ਾਬਾ ਰੋਡ ਤੇ ਵੇ ਜ਼ਿਲ੍ਹਾ ਗੁਜਰਾਂ ਵਾਲਾ ਦਾ ਕਿਲਾ ਜਦਾਰ ਸਿੰਘ ਕਸਬਾ ਮਰਕਜ਼ ਹੈ ਪਾਕਿਸਤਾਨ ਬਣ ਤੋਂ ਪਹਿਲਾਂ ਵੀ ਇਹ ਮਰਕਜ਼ ਹੀ ਸੀ ਥਾਣਾ ਸੀ ਮੰਡੀ ਵਗੈਰਾ ਵੀ ਇੱਥੇ ਆਇਆ ਸੀ ਬਾਜ਼ਾਰ ਵੀ ਸੀ ਤੋਂ ਕਿਲਾ ਜਦਾਰ ਸਿੰਘ ਜਿਹੜਾ ਇਹਦੀ ਇੱਕ ਤਾਰੀਖ ਹੈ ਇਹ ਜਦਾਰ ਸਿੰਘ ਕਜ਼ਨ ਹੈ महाराजा रणजीत सिंह के वालिद का वोदे नाम से किला इदार सिंह है और ये शादी हुई सी द्यूड़िया ने वडैचा न तो वोडैचा ने फिर उन्होंने बड़ा व्डा रकबा दिता अपनी बेटी को अज इतने असं आए चौधरी मोहम्मद बशीर वडैक साहब ने चौधरी मोहम्मद बशीर वडैक साहब का खानदान जड़ा भी, भी तलक द्यूड़िया ही है اور ਦੂੜੀਆਂ ਦੇ ਸਰਦਾਰ ਤੇ ਜਿਹੜੇ ਸਰਦਾਰ ਇੱਥੇ ਕਿਲਾ ਜੀਦਾਰ ਸਿੰਘ ਜਿਹੜੇ ਹਨ ਨੰਬਰਦਾਰ ਉਹਨਾਂ ਦੇ ਖਾਨਦਾਨ ਚੋਂ ਹੀ ਹੋਣੇ ਚੌਧਰੀ ਮੁਹੰਮਦ ਬशीर ਸਾਹਿਬ ਨਾਲ ਗੱਲ ਕਰਾਂਗੇ ਉਹ ਫਿਰ ਤੁਹਾਨੂੰ ਆਪਣੇ ਬਾਰੇ ਦੱਸਣਗੇ ਸਾਨੂੰ ਇੱਥੇ ਇੱਕ ਬੜੀ ਕਦੀਮ ਦਸਤਾਵੇਜ਼ ਚੌਧਰੀ ਮੁਹੰਮਦ ਬशीर ਵੜੈਖ ਸਾਹਿਬ ਨੇ ਦਿੱਤੀ ਹੈ ਇਸ ਕਸਬੇ ਨੂੰ ਆਬਾਦ ਕਰਨ ਵਾਲੇ ਜੀਦਾਰ ਸਿੰਘ ਦੇ ਬਾਰੇ ਉਹ ਮੈਂ ਥੋੜੀ ਤੁਹਾਨੂੰ ਪੜ੍ਹ ਕੇ ਸੁਣਾਣਾ ਇਹ ਸ਼ਜਰਾ ਆਬਾਦੀ ਦੇ ਦੋਂ ਇਹਨਾਂ ਨੇ ਕਿਸੇ ਲਈ ਕਢਾਇਆ ਹੈ ਤੇ ਇਹ ਕਿਹੜੀ ਕਮੇਟੀ ਹੈ ਇਥੋਂ ਮਿਲਿਆ ਹੈ ਇਹਦੇ ਉੱਤੇ ਲਿਖਿਆ ਹੈ ਗੋਤ ਜੱਟ ਸਿੱਧੂ ਜੀਦਾਰ ਸਿੰਘ ਜੀਦਾਰ ਸਿੰਘ ਜਿਹੜਾ ਸੀ ਸਿੱਧੂ ਜੱਟ ਸੀ ਜਿਸ ਤਰ੍ਹਾਂ ਮੈਂ ਅਗੇ ਅਰਜ਼ੀ ਕੀਤੀ ਹੈ ਕਿ ਮਹਾਰਾਜਾ ਰਜੀਤ ਸਿੰਘ ਦੇ ਵਾਲਦਾ ਕਜ਼ਨ ਸੀ ਜੀਦਾਰ ਸਿੰਘ ਨੇ ਸ਼ਹਿਰ ਨੂੰ ਆਬਾਦ ਕੀਤਾ ਹੈ ਇਹਦੇ ਅੰਦਰ ਇੱਕ ਜਗ੍ਹਾ ਜਿੱਥੇ ਉਹਨੇ ਕੱਚਾ ਖਿਲਾ ਬਣਾਇਆ ਔਰ ਉਹਦਾ ਬੇਟਾ ਸੁਚਾ ਸਿੰਘ ਕਾਨਾ ਸਿੰਘ ਕਾਨਾ ਸਿੰਘ ਦਾ ਬੇਟਾ ਮੂਲ ਸਿੰਘ ਅਤਰ ਸਿੰਘ ਤੇ ਇਸ ਤਰ੍ਹਾਂ ਇਹਦਾ ਅਗੋਂ ਬੇਟਾ ਉਤਾਰ ਸਿੰਘ ਜਿਆਲ ਸਿੰਘ ਧਰਨਾਮ ਸਿੰਘ ਹਰੀ ਸਿੰਘ ਸੂਦਰ ਸਿੰਘ ਕੰਡਾ ਸਿੰਘ ਜੰਡਾ ਜੰਡਾ ਸਿੰਘ ਤੇ ਇਥੇ ਆਖਰ 1947 ਤੱਕ ਜਿਹੜਾ ਖਾਨਦਾਨ ਸਿੱਧੂ ਜਟਾ ਦਾ ਰਹਿੰਦਾ ਸੀ ਉੱਥੇ ਬੜੀ ਵੱਡੀ ਹਵੇਲੀ ਸੀ ਲਾਭ ਸਿੰਘ ਇਹਦਾ ਨਾ ਉਹ ਇਸੇ ਲੜੀ ਚ ਜੂੰਦਾਰ ਸਿੰਘ ਦੀ ਲੜੀ ਚ ਹੁੰਦਾ ਹੈ ਇਹ ਦਸਤਾਵੇਜ਼ ਸਾਨੂੰ ਚੌਧਰੀ ਮਮੋਦ ਮਸ਼ੀਰ ਬੜੈਖ ਸਾਹਿਬ ਨੇ ਦਿੱਤੀ ਹੈ ਤੇ ਬੜੀ ਇਤਿਹਾਸਕ ਅਹਮ ਹੈ ਇਹ ਅਸੀਂ ਤੁਹਾਨੂੰ ਕਿਹੜਾ ਦਾਸ ਸਿੰਘ ਨੂੰ ਆਬਾਦ ਕਰਨ ਵਾਲਾ ਖਾਨਦਾਨ ਹੈ ਉਹ ਸਿੱਧੂ ਜੱਟ ਦੇ ਤੋਂ ਇਹ ਦਸਤਾਵੇਜ਼ ਅਸੀਂ ਤੁਹਾਨੂੰ ਜਿਹਦੇ ਸਾਰੇ ਪੜ੍ਹ ਕੇ ਵੀ ਸੁਣਾਏ ਨੇ ਤੇ ਸਿੱਧੂ ਪਾਕਿਸਤਾਨ ਪੜ੍ਹ ਤੋਂ ਪਹਿਲਾਂ ਇੱਥੇ ਰਹਿੰਦੇ ਸਨ ਜਿਸ ਨਾਲ ਮੈਂ ਦੱਸਿਆ ਕਿ ਲਾਫ ਸਿੰਘ ਕੀ ਹੋਵੇ ਨਹੀਂ ਸੀ ਜਿੱਥੇ ਲੇ ਸਕੂਲ ਨੰਬਰ 2 ਉਹਦੀ ਬੈਕ ਤੇ ਉਹਦੀ ਅਮੇਰੀ ਸੀ ਤੋਂ ਅੰਮੀਰ ਜਗਾ ਤੇ ਉਹਨੇ ਮੈਸੇਜ ਮੈਂ ਕਿ ਉਹ ਤਰਕਾ ਸੀ ਉਸ ਤੋਂ ਬਾਅਦ ਗੱਲ ਕਰਾਂਗੇ ਚੌਥੀ ਨੰਬਰ ਬਲਿਸ ਨਿਗੜਾਈ ਸਾਹਿਬ ਦਾ ਉਹਨਾਂ ਦਾ ਖਾਨਦਾਨ ਇਸੇ ਕਿਸ ਤਰ੍ਹਾਂ ਮੁਸਲਮਾਨ ਹੋਇਆ ਤੇ ਕਿਸ ਖਾਨਦਾਨ ਨਾਲ ਲੱਗਦਾ ਵਾਸਤਾ ਸੀ ਉਹਨਾਂ ਨਾਲ ਗੱਲ ਕਰਦੇ ਚੌਥੀ ਜੀ ਬੜੈ ਸਾਹਿਬ ਤੁਹਾਡਾ ਇਹ ਬਜ਼ੁਰਗਾਂ ਦਾ ਘਰ ਹੈ ਪੁਰਾਣਾ ਬਾਹਰਲੇ ਪਾਸੇ ਆਉਣੇ ਸੱਚ ਸਾਰਾ ਨਵਾਂ ਬਣ ਗਿਆ ਐਸੀ ਤੁਹਾਨੂੰ ਹਾਨੇ ਪੈ ਜੀ ਇਹ ਤੁਹਾਡੇ ਬਜ਼ੁਰਗਾਂ ਦਾ ਨਮਰਦਾਰਾਂ ਦਾ ਘਰ ਇਹ ਸੀ ਜੀ ਉਹ ਇਹਦਾ ਸਾਰਾ ਹਿੱਸਾ ਨਵਾਂ ਬਣ ਗਿਆ ਕੋਸ਼ਿਸ਼ ਕਰਨੇ ਆ ਤੁਹਾਨੂੰ ਇਹਨੂੰ ਬਾਹਰੋਂ ਵੀ ਬਹਾਨੇ ਆ ਤੁਹਾਨੂੰ ਕੋਸ਼ਿਸ਼ ਕਰਨੇ ਆ ਕਿ ਇਹਨੂੰ ਬਾਹਰੋਂ ਅੰਦਰੋਂ ਵੀ ਬਹਾਨੇ ਕਿ ਇਹ ਤੁਹਾਡੇ ਘਰ ਦੇ ਅੰਦਰ ਕੁਝ ਪੁਰਾਣੇ ਮਕਾਨ ਮਕੂੜ ਕਮਰੇ-ਕਮਰੇ ਹੋਣ ਐ ਦਾ ਇਸ਼ਾਰਾ ਪੁਰਾਣਾ ਇਹ ਹੁਣ ਨਵਾਂ ਬਣ ਗਿਆ ਇਹ ਘਰ ਇਹ ਤੇ ਗੁਰਦਾਸਪੁਰ ਦੇ ਰਾਜਪੂਤ ਰਹਿੰਦੇ ਨੇ ਇਹ ਨਾਲ ਇਹ ਗਲੀ ਹੈ ਗਲੀ ਤੁਹਾਨੂੰ ਹਾਂ ਨੇ ਤੇ ਬਾਜ਼ਾਰ ਚੋਂ ਹੁੰਦੀ ਹੈ ਟਮੇਟੀ ਘਰ ਦੀ ਨੁੱਕਰ ਤੋਂ ਗਲੀ ਬਾਜ਼ਾਰ ਚੋਂ ਹੁੰਦੀ ਹੈ ਜੀ ਇਹ ਗਲੀ ਸਿੱਧੀ ਜਾਂਦੀ ਹੈ ਬਾਜ਼ਾਰ ਦੇ ਵਿੱਚ ਇਹਦੇ ਖੱਬੇ ਹੱਥ ਇਹ ਦੀ ਕਾਂਡੇ ਦੀ ਇਹ ਦੀ ਕਾਂਡੇ ਦੀ ਪਿਛਲਾ ਹਿੱਸਾ ਇਹ ਵੜੈਖਾ ਤੁਹਾਡੇ ਬਜ਼ੁਰਗਾਂ ਦਾ ਘਰ ਸਭ ਥਲੇ ਥਲੇ ਆਵੇ ਐ ਬੜੈ ਸਰ ਸਾਰਾ ਉਸ ਰਹੀ ਏ ਲੇਕਿਨ ਉਹ ਸਮਾਂ ਬਣਿਆ ਉਹਨਾਂ ਨੇ ਇੱਥੇ ਕਪੜੇ ਦਰਵਾਜ਼ੇ ਸਾਡੇ ਭਾਈ ਨੇ ਰਾਣਾ ਸਾਹਿਬ ਗੁਰਦਾਸਪੁਰ ਦੇ ਇਹ ਵੀ ਨੰਬਰਦਾਰ ਨੇ ਤੁਸੀਂ ਵੀ ਨੰਬਰਦਾਰ ਸੋ ਤੇ ਐ ਹੁਣ ਕਰਵਾਲੇ ਦਰੋਜ ਉਹਨਾਂ ਨੇ ਲਾਇ ਨੇ ਛੱਤ ਨਵੀਂ ਬਣਾਈ ਏ ਇਹ ਉਹਦਾ ਹਿੱਸਾ ਏ ਇਹ ਤੁਹਾਡੇ ਕਮਰੇ ਨੇ ਅਸੀਂ ਸੀੜੀਆਂ ਚੜ ਗਏ ਸਾਰਾ ਉਂਜੀ ਏ ਉਸ ਰਹੀ ਏ

ਸਾਹਮਣੇ ਢਾਈ ਸੱਭ ਪੁਰਾਣਾ ਹੈ ਤੁਹਾਡੇ ਬਜ਼ੁਰਗਾਂ ਦੇ ਜ਼ਮਾਨੇ ਦਾ ਤੇ ਐ ਸੀੜੀਆਂ ਤੁਹਾਨੂੰ ਆਈਆਂ ਨੇ ਐ ਸੀੜੀਆਂ ਵੀ ਪੁਰਾਣੀਆਂ ਨੇ ਐ ਸੀੜੀਆਂ ਪਰ ਉੱਤੇ ਜਾ ਕੇ ਜਰਾ ਚੱਕਰ ਮਾਰ ਕੇ ਤੁਰੋ ਐ ਸੀੜੀਆਂ ਪੁਰਾਣੀਆਂ ਨੇ ਤੁਹਾਡੇ ਚਿਬਾਰਿਆਂ ਤੇ ਜਾਂਦੀਆਂ ਨੇ ਭਈਆਂ ਤੇ ਐ ਸੀੜੀਆਂ ਜੀ ਬਾਕੀ ਸਾਰੇ ਉੱਤੇ ਪਹਾਰ ਆਈਆਂ ਨੇ र्द नंबरदारा के दरवाजे कोठे से हैं हाँ भी नंबरदार सोए भी नंबरदार ने गुरदासपुर के राजपूत ने छत जिले त खिलौते है जी तो बुजुर्गों के तौर से इन्होंने सीढ़िया से चढ़ के पुराने ਇਹ ਵੀ ਪੁਰਾਣੀ ਹੈ ਛੜੀ ਵਾਲਾ ਇਹ ਛੜੀ ਪੁਰਾਣੀ ਹੈ ਬੜਾਈ ਸਾਹਿਬ ਤੁਹਾਡੇ ਬਜ਼ੁਰਗਾਂ ਦੇ ਦੌਰ ਦੀ ਇਹ ਵੀ ਪੁਰਾਣੀ ਹੈ ਇਹ ਛੜੀ ਵੀ ਪੁਰਾਣੀ ਹੈ ਉਹ ਸਾਹਮਣੇ ਅੰਗੀਠੀ ਰਸੋਈ ਦੀ ਇਹ ਵੀ ਪੁਰਾਣੀ ਹੈ ਤੁਹਾਡੇ ਬਜ਼ੁਰਗਾਂ ਦੇ ਦੌਰ ਦੀ ਲੋ ਜੀ ਬੜਾਈ ਸਾਹਿਬ ਐ ਥੋੜਾ ਕਾਲੋ ਲੋ ਜੀ ਅਸਾ ਸੀੜੀਆਂ ਨੇ ਤੁਹਾਨੂੰ ਅੱਗੇ ਉਹ ਹਾਈਆਂ ਤੁਹਾਡੀ ਛੱਤ ਤੇ ਜਾਂਦੇ ਨੇ ਤੇ ਆਹ ਰਹਾ ਸਭ ਦੱਸਦੇ ਨੇ ਬਈ ਬੈਠਾ ਕਿਸਰੇ ਸੀ ਕੋਈ ਕੋਲੋ ਇਸ ਤਰ੍ਹਾਂ ਸੀ ਬੈਠਕ ਤੁਹਾਡੇ ਬਜ਼ੁਰਗਾਂ ਦੇ ਜ਼ਮਾਨੇ ਦੀ ਹੁਣ ਉਹਨਾਂ ਨੇ ਅੱਜ ਦੇ ਦੌਰ ਦੇ ਮੁਤਾਬਕ ਬਣਾ ਲਈਏ ਇਹ ਬੈਠਕ ਜਿਹੜੀ ਹੈ ਜੀ ਉਸ ਤਰ੍ਹਾਂ ਸੀ ਇਥੇ ਜੁੜੀ ਸੀ ਅੰਦਰ ਆਲਾ ਸੀ ਜੇ ਸਾਡੇ ਭਰਾ ਰਾਣਾ ਜਿਹੜੇ ਨੇ ਇੱਕ ਗੁਰਦਾਸਪੁਰ ਦੇ ਨੇ ਰਾਜਪੂਤ ਪੱਤੀ ਰਾਜਪੂਤ ਇਹ ਜੀ ਤੁਹਾਡੀ ਪੁਰਾਣੀ ਬੈਠਕ ਇੱਕ ਦਰਵਾਜ਼ੇ ਦਾ ਬਾਹਰ ਗਲੇ ਵਾਲੇ ਤੇ ਇੱਕ ਦਰਵਾਜ਼ਾ ਅੰਦਰ

ਅੱਜ ਅਸੀਂ ਆਏ ਕਿਲਾ ਜਿਹਦਾਰ ਸਿੰਘ ਕਿਲਾ ਜਿਹਦਾਰ ਸਿੰਘ ਸਾਡੇ ਇਸ ਏਰੀਆ ਗੁਜਰਾਵਾਲੇ ਦਾ ਇੱਕ ਮਰਕਜ਼ ਹੈ ਪਾਕਿਸਤਾਨ ਬਣਨ ਤੋਂ ਪਹਿਲਾਂ ਵੀ ਇਹ ਮਰਕਜ਼ ਵੀ ਸੀ ਤੇ ਥਾਣਾ ਵੀ ਸੀ ਇਹਦੀ ਤਾਰੀਖ ਮੈਂ ਦੂੜੀਆਂ ਦੀ ਵੀਡੀਓ ਬਣਾਈ ਸੀ ਉਹ ਦੱਸੀ ਸੀ ਹੁਣ ਫਿਰ ਦੱਸਣਾ ਚਾਹਨਾ ਮਹਾਰਾਜਾ ਰਜੀਤ ਸਿੰਘ ਦੇ ਵਾਲਦ ਦਾ ਕਜ਼ਨ ਸੀ ਜਿਹਦਾਰ ਸਿੰਘ ਉਹਨੇ ਪਿੰਡ ਇੱਕ ਕਸਬਾ ਆਬਾਦ ਕੀਤਾ ਤੇ ਕੱਚਾ ਕਿਲਾ ਬਣਾਇਆ ਸੀ ਉਹਦੀ ਸ਼ਾਦੀ ਹੋਈ ਸੀ ਦਿਉੜੀਆਂ ਦੇ ਵੜੈਚਾਂ ਵੱਲ ਉਹਨਾਂ ਨੇ ਫਿਰ ਬਹੁਤ ਲੰਬਾ ਚੌੜਾ ਰਕਬਾ ਇਹਨੂੰ ਦਿੱਤਾ ਸੀ ਦਿਉੜੀਆਂ ਤੇ ਅਸੀਂ ਦੋ ਚਾਰ ਵੀਡੀਓ ਬਣਾ ਚੁੱਕੇ ਆ ਅੱਜ ਅਸੀਂ ਕਿਲੇਦਾਰ ਸਿੰਘ ਆਏ ਆ ਤੇ ਕਿਲੇਦਾਰ ਸਿੰਘ ਵੀ ਵੜੈਚ ਸਿਖ ਵੜੈਚ ਰਹਿੰਦੇ ਸਨ ਇੱਕ ਨੰਬਰਦਾਰ ਸਾਹਿਬ ਵੀ ਸਨ ਇੱਥੇ ਤੇ ਸਾਡੇ ਕੋਲ ਇੱਕ ਫੈਮਿਲੀ ਇੱਥੋਂ ਦੀ ਵੜੈਚ ਦਿਉੜੀਆਂ ਦੀ ਉਹਨਾਂ ਵੜੈਚਾਂ ਨਾਲ ਇਹਨਾਂ ਦੀ ਕੁਰਬਾ ਤੇ जिम्मेदारी थी इनने ਦੇ ਬਜ਼ੁਰਗ 1915 ਚ ਮੁਸਲਮਾਨ ਹੋ ਗਏ ਸਨ ਇੱਕ ਬਜ਼ੁਰਗ 1947 ਦੇ ਕਰੀਬ ਹੋ ਗਏ ਸਨ ਤੇ ਸਾਡੇ ਨਾਲ ਬੈਠੇ ਨੇ ਚੌਧਰੀ ਮੁਹੰਮਦ ਬशीर ਵੜੈ ਸਾਬ ਇਹਨਾਂ ਨਾਲ ਗੱਲਬਾਤ ਕਰਾਂਗੇ ਇਹਨਾਂ ਨੂੰ ਪੁੱਛਾਂਗੇ ਕਿ ਇਹ ਜਿਹੜਾ ਤੁਹਾਡਾ ਖਾਨਦਾਨ ਤੇ ਉਹ ਖਾਨਦਾਨ ਇਹ ਕਿਸ ਤਰ੍ਹਾਂ ਕਿੱਥੇ ਜਾ ਕੇ ਮਿਲਦੇ ਨੇ ਤੇ ਇਹਨਾਂ ਨਾਲ ਗੱਲ ਕਰਨੇ ਆ ਜੀ ਅਸਲਾਮੁਅਲੈਕਮ ਚੌਹੀ ਸਾਬ ਜੀ ਵੈਲਕਮ ਸਲਾਮ ਜੀ ਤੁਹਾਡਾ ਨਾਮ ਕੀ ਜੀ ਸਾਬ ਨਸੀਰ ਅਮਦਉਦ ਬਲ ਮਮਸਦੀ ਕੋੜਾ ਤੇ ਤੁਹਾਡੇ ਦਾਦਾ ਜੀ ਦਾ ਕੀ ਨਾਮ ਹੈ ਦਾਦਾ ਜੀ ਦਾ ਨਾਮ ਖੁਸ਼ਹਾਲੀ ਉਰਫ ਅਮਨਦੀਨ ਖੁਸ਼ਹਾਲੀ ਉਹਨਾਂ ਦਾ ਪਹਿਲਾ ਨਾਮ ਸੀ ਪਹਿਲਾ ਨਾਮ ਖੁਸ਼ਹਾਲੀ ਸੀ ਬਾਅਦ ਚੁਣੋਣਾ ਹੈ ਮੁਸਲਮਾਨ ਹੋਏ ਫਿਰ ਆਪਣਾ ਨਾਮ ਉਹਨਾਂ ਨੇ ਅਮਨਦੀਨ ਅਹਿਮਦਦੀਨ ਰੱਖਿਆ ਅੱਛਾ 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 ਇਹ ਕਿਹੜਾ ਇਤਿਹਾਰ ਸਿੰਘ ਹੈ ਜੀ ਜੀ ਤੁਸੀਂ ਇੱਥੋਂ ਦੇ ਜੱਦੀ ਰਹਿਣ ਵਾਲੇ ਜੱਦੀ ਰਹਿਣ ਵਾਲਾ ਇਹ ਬੌਜਦਾਰ ਕਿ ਦੂੜੀਆਂ ਤੋਂ ਇੱਥੇ ਆਏ ਡਿਊੜੀਆਂ ਤੋਂ ਆਏ ਇੱਥੇ ਸਰ ਬਹੁਤ عرصਾ ਬਹੁਤ عرصਾ ਪਹਿਲਾਂ ਸਾਡੇ ਮਤਲਬ ਪਾਕਿਸਤਾਨ ਬਣਨ ਤੋਂ ਪਹਿਲਾਂ ਇਹ ਡਿਓੜੀਆਂ ਤੋਂ ਕਿਲਾਇਦਾਰ ਸਿੰਘ ਆਇਆ تشریف ਲੈ ਅੱਛਾ 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 ਜੀ ਤੇ ਤੁਸੀਂ ਇੱਥੇ ਬੜਾਚਾਂ ਦੇ ਕਿੰਨੇ ਘਰ ਸਨ ਮੁਸਲਮਾਨ ਬੜਾਚਾਂ ਦੇ ਮੁਸਲਮਾਨ ਬੜਾਚਾਂ ਦਾ ਸਾਡਾ ਕੱਲਾ ਹੀ ਘਰ ਸੀ ਜਿਹੜੇ ਤੁਸੀਂ ਆਪਣੇ ਬਜ਼ੁਰਗ ਦੱਸੇ ਨੇ ਮੁਸਲਮਾਨ ਹੋਏ ਜੀ ਜੀ ਉਹਨਾਂ ਦੀ ਅੱਗੋਂ ਔਲਾਦ ਹਾਂਜੀ ਉਹਨਾਂ ਦੀ ਔਲਾਦ ਜੀ ਅੱਛਾ ਅੱਛਾ जेडे मुसलमान हुए उन्होंने नाम पहला तुम दस बाली जी, जी पहला खुशहाली खुशहाली बाद ने अपना ना रखा अहमद दीन अहमद दीन जी तो अहमद दीन साहब के बेटे किन्ने हुए एक ही मोहम्मद सदीक ना और हाल ही माशाल्लाह मौजूद है तो आधे वाले साहब जी मेरा तो वाला साहब माशाल्लाह मौजूद है मौजूद है अच्छा 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 ਤੇ ਤੁਸੀਂ ਇਹ ਸਾਨੂੰ ਇੱਕ ਸ਼ਿਜਰਾ ਵਹਾਂ ਦੇ ਸੁਪੇ ਇਹ ਸ਼ਿਜਰਾ ਸਰ ਮੈਂ ਜਰਾ ਦੱਸੋ ਹਾਂ ਬਾਨੀ ਕਿਸ ਤਰ੍ਹਾਂ ਕੀ سلسلہ ਹੈ ਦੀਵਾਨ ਸਾਹਿਬ ਸਨ ਜੀ ਵੱਡੇ ਜਿਹੜੇ ਵਾਜਦਾਰ ਤੋਂ ਉਹਨਾਂ ਦੇ ਬੇਟੇ ਸਨ ਵੱਡਾ ਲਾਲਾ ਸੀ ਅੱਛਾ ਛੋਟਾ ਜੋਹਰ ਸਿੰਘ ਸੀ ਅੱਛਾ ਜੀ ਲਾਲੇ ਦੇ ਦੋ ਬੇਟੇ ਸਨ ਜੀ ਇੱਕ ਦਾ ਨਾਮ ਸੀ ਬਹਾਲੀ ਵੱਡੇ ਦਾ ਅੱਛਾ ਛੋਟੇ ਦਾ ਨਾਮ ਸੀ ਖੁਸ਼ਾਲੀ ਅੱਛਾ ਜਿਨ੍ਹਾਂ ਨੇ ਆਪਣਾ ਨਾਮ ਮੁਸਲਮਾਨ ਬਾਦ ਵਿੱਚ ਹੋਇਆ ਤੇ ਅਮਨ ਨੀ ਰੱਖਿਆ ਅੱਛਾ ਜਿਹੜਾ ਜਵਾਹਰ ਸਿੰਘ ਸੀ ਨਾ ਜੀ ਉਹਦੇ ਚਾਰ ਬੇਟੇ ਆ ਹਮਮ ਉਹਦਾ ਸਭ ਤੋਂ ਨਾਂ ਸੀ ਉਹਦਾ ਲੱਦਾ ਸਿੰਘ ਸੀ ਅੱਛਾ ਛੋਟੇ ਦਾ ਨਾਂ ਹੈ ਸੱਦਾ ਸਿੰਘ ਜੀ ਜੀ ਉਸ ਤੋਂ ਛੋਟੇ ਦਾ ਨਾਂ ਸੀ ਮੁਤਾਵਰਾ ਹੈ ਅੱਛਾ ਅੱਛਾ ਉਸ ਤੋਂ ਛੋਟੇ ਦਾ ਨਾਂ ਸੀ ਮੱਲਾ ਸਿੰਘ ਅੱਛਾ ਅੱਛਾ ਜਿਹੜਾ ਕਿ ਮੁਸਲਮਾਨ ਹੋ ਗਿਆ ਇੱਥੇ 47 ਚ ਮੱਲਾ ਸਿੰਘ ਮੱਲਾ ਸਿੰਘ ਮੁਸਲਮਾਨ ਹੋਇਆ ਅੱਛਾ ਅੱਛਾ ਉਹਨੇ ਆਪਣਾ ਨਾਂ ਰੱਖਿਆ ਅਬਦੁੱਲਾ ਅਬਦੁੱਲਾ ਅੱਛਾ ਇਹ ਔਰ 12ਵੇਂ ਮਹੀਨੇ ਚ 48 ਦੇ 12ਵੇਂ ਮਹੀਨੇ ਫੌਤ ਹੋਏ ਨੇ ਇੱਥੇ ਅੱਛਾ ਜਿਹਦੀ ਕੈ ਨਕਲ ਸਾਡੇ ਕੋਲ ਮੌਜੂਦ ਉਹਨਾਂ ਦੀ ਕੋਈ ਔਲਾਦ ਉਹਨਾਂ ਦੀ ਔਲਾਦ ਇੱਕੋ ਹੀ ਬੇਟਾ ਸੀ ਬਰਕਤ ਉਹਦਾ ਨਾਂ ਸੀ ਅੱਛਾ ਬਲਕਿ ਈਸਰ ਸਿੰਘ ਨਾਂ ਸੀ ਉਹਦਾ ਨਾਂ ਈਸਰ ਸਿੰਘ ਸੀ ਬਾਅਦ ਚ ਨਾਂ ਉਹਨਾਂ ਦਾ ਬਰਕਤ ਰੱਖਿਆ ਦੋਵੇਂ ਪਿਓ ਪੁੱਤਰ ਹੀ ਜਿਹੜਾ ਨਾ ਮੁਸਲਮਾਨ ਹੋ ਗਿਆ ਅੱਛਾ ਅੱਛਾ ਤੇ ਇਹ ਬਾਕੀ ਜਿਹੜਾ ਨਾ ਉਜਾਗਰ ਸਿੰਘ ਮੁਤਾਵਰਾ ਇਹਦਾ ਬੇਟਾ ਸੀ ਜੀ ਜੀ ਤੇ ਸੱਦਾ ਸਿੰਘ ਇਹ ਇੰਡੀਆ ਚਲੇ ਗਿਆ ਇੰਡੀਆ ਚਲੇ ਗਿਆ ਲਬਦਾ ਸਿੰਘ ਜਿਹੜਾ ਨਾ ਸਭ ਤੋਂ ਵੱਡਾ ਜਿਹੜਾ ਸੀ ਉਹ ਪਹਿਲੇ ਫੌਤ ਹੋ ਗਿਆ ਹਨ 11 12 ਦੇ ਦਰਮਿਆਨ ਅੱਛਾ 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 ਉਹਨਾਂ ਦੀ ਫਿਰ بیوی ਜਿਹੜੀ ਲక్ష్ਮੀ ਸੀ ਉਹਨਾਂ ਦੇ ਆਕੇ ਚ ਬੈਠੀ ਰਹੀ ਪਰ ਰਕਬਾ ਜਿਹੜਾ ਦੱਸਦੇ ਨਾ ਉਹ ਜਮ੍ਹਾਂ ਬੰਦੀ ਜਿਹੜੀ ਉਹ ਲక్ష్ਮੀ ਦੇ ਨਾਮ ਫਿਰ ਚੱਲਦੀ ਆ ਅੱਛਾ ਅੱਛਾ ਜਿਹੜਾ ਤੁਸੀਂ ਵਡਾਈ ਸਾਹਿਬ ਦੱਸਿਆ ਜੀ ਜਿਹੜਾ ਬਰਕਤ ਸਾਹਿਬ ਜਿਨ੍ਹਾਂ ਦਾ ਨਾਮ ਪਹਿਲਾਂ ਪੁਰਾਣਾ ਤੁਸੀਂ ਦੱਸਿਆ ਈਸ਼ਰ ਸਿੰਘ ਹਾਂਜੀ ਉਹਨਾਂ ਦਾ ਬੇਟਾ ਜਿਹੜਾ ਸੀ ਜੀ ਬਰਕਤ ਬਰਕਤ ਉਹਨਾਂ ਦੀ ਫਿਰ ਔਲਾਦ ਹੋਈ ਬਰਕਤ ਦਾ ਬਰਕਤ ਦੀ ਔਲਾਦ ਕੋਈ ਨਹੀਂ ਸੀ ਅੱਛਾ ਉਹਦੀ ਵਿਰਾਸਤ ਜਿਹੜੀ ਹੈ ਨਾ ਮੁਹੰਮਦ ਸਦੀਕ ਨੂੰ ਮਿਲੀ ਮੁਹੰਮਦ ਸਦੀਕ ਜੀ ਅੱਛਾ 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 ਇਸ ਤਰ੍ਹਾਂ ਸਾਡੀ ਵਿਰਾਸਤ ਜਿਹੜੀ ਹੈ ਨਾ ਮੱਲਾ ਸਿੰਘ ਤੋਂ ਵੀ ਸਾਨੂੰ ਮਿਲੀ ਅੱਛਾ ਔਰ ਖੁਸ਼ਹਾਲੀ ਵੱਲੋਂ ਵੀ ਸਾਨੂੰ ਮਿਲੀ ਹਾਂ ਜੀ ਅੱਛਾ ਅੱਛਾ ਜੀ ਇਹ ਫਿਰ ਜਿਹੜੇ ਇੱਥੇ ਨੰਬਰਦਾਰ ਸਨ ਜੀ ਉਹ ਤੁਹਾਡੇ ਖਾਨਦਾਨ ਚੋਂ ਹੀ ਸਨ ਹਾਂ ਜੀ ਹਾਂ ਜੀ ਉਹ ਇੱਥੇ ਹੁੰਦੇ ਰਹੇ ਜੀ ਬਿਲਕੁਲ ਹੁੰਦੇ ਰਹੇ ਨਾ ਜੀ ਅੱਛਾ ਅੱਛਾ ਸਾਡੇ ਕੋਲੇ ਧਿਆਨ ਦੇ ਰਹੇ ਨੇ ਤਸਵੀਰਾਂ ਬਣਾ ਕੇ ਖੜੀਆਂ ਹੋਣਾ ਉਹ ਉਹਦੇ ਵੀਡੀਓ ਤੇ ਚਲਾ ਦੇਣਾ ਆ ਵੀਡੀਓ ਦਾ ਅੱਛਾ ਔਰ ਅੱਬਾ ਹੀ ਨੂੰ ਆਣ ਕੇ ਗੱਲੇ ਲਾ ਕੇ ਮਿਲਦੇ ਰਹੇ ਨੇ ਅੱਛਾ ਅੱਛਾ ਔਰ ਅੰਦਰ ਹਾਂ ਜੀ ਸਾਨੂੰ ਬਾਪੂ ਨੇ ਦੱਸਿਆ ਹਮ ਹਮ ਕਿ ਸ਼ਦੀਕ ਜਿਹੜਾ ਨਾ ਸਾਡਾ ਖੂਨ ਹੈ ਅੱਛਾ ਸਾਡੀ ਲੜੀ ਚੋਂ ਹੈ ਅੱਛਾ ਅੱਛਾ ਆ ਗਿਆ ਲਓ ਜੀ ਬਣਾਈ ਸਾਹਿਬ ਇਹ ਗੱਲ ਕਰੋ ਚੌਧਰੀ ਬशीर ਸਾਹਿਬ ਨਾਲ ਲਓ ਜੀ ਗੱਲ ਕਰੋ ਤੁਹਾਡਾ ਭਰਾ ਆ ਗਿਆ ਜੀ ਸਲਾਮ ਅਲੈਕਮ ਜੀ ਜੀ ਵਾਲਕਮ ਸਲਾਮ ਜੀ ਕੀ ਹਾਲ ਹੈ ਜੀ ਸਿਆਕਾਰ ਇਹ ਮੇਰੇ ਤੁਹਾਡੇ ਅੱਬੂ ਦਾ ਕੀ ਨਾਮ ਸੀ ਜੀ ਦਾਦੇ ਦਾ ਦਾਦੇ ਦਾ ਉਤਾਰ ਸਿੰਘ ਜੀ ਸਰਦਾਰ ਉਤਾਰ ਸਿੰਘ ਸਰਦਾਰ ਉਤਾਰ ਸਿੰਘ ਉਤਾਰ ਸਿੰਘ ਔਰ ਬਰਦਾਦਾ ਜੀ ਦਾ ਇਹ ਸਰਦਾਰ ਭਦਰ ਸਿੰਘ ਭਦਰ ਸਿੰਘ ਹਾਂ ਭਦਰ ਸਿੰਘ ਭਦਰ ਸਿੰਘ ਜੋ ਥਾ ਨਾ ਉਹ ਪੰਜਾਬੀ ਬੋਲੋ ਫਿਰ ਜੀ ਜੇ 인ਦਰ ਸਿੰਘ ਵੀ ਉਹਨਾਂ ਦਾ ਭਾਈ ਸੀ ਹਾਂਜੀ ਹਾਂਜੀ ਹਾਂ ਅਸੀਂ ਜਿਹੜਾ ਨਾ ਅਸੀਂ ਦੀਵਾਨ ਜਿਹੜਾ ਹੈ ਨਾ ਬਹਾਦਰ ਸਿੰਘ ਇਹ ਤਾਂ ਸਾਡੇ ਜਿਹੜੇ ਨੇ ਨਾਲ-ਨਾਲ ਖੂਹ ਹੈ ਸਾਡਾ ਉਹਨਾਂ ਦਾ ਜਿਹੜਾ ਨਾ ਖੂਹ ਉਹਨਾਂ ਦਾ ਨਾਂ ਸੀ ਰਾਏ ਵਾਲਾ ਬਹਾਦਰ ਸਿੰਘ ਦਾ ਜਿਹੜਾ ਸਾਡਾ ਡੇਰਾ ਹੈ ਨਾ ਉਹਦਾ ਨਾਂ ਕੁਨੂਆ ਨਾ ਖੂਹ ਅੱਛਾ ਜੀ ਔਰ ਸਾਡੀ ਲੜੀ ਚ ਉਹਨੇ ਤੁਹਾਡੇ ਜਿਹੜੇ ਨਾ ਬਹਾਦਰ ਸਿੰਘ ਕੇ ਇਹਨਾਂ ਦਾ ਇੱਕ ਅਜ਼ੀਜ਼ ਸਾਡੇ ਕੋਲ ਆਇਆ ਸੀ ਬਾਬਾ ਅਰਸਾ ਪਹਿਲਾਂ ਇਹਨਾਂ ਦੇ ਦਾਦਾ ਜੀ ਸਨ ਹਾਂ ਤੁਹਾਡੇ ਦਾਦਾ ਜੀ ਸਨ ਸ਼ਾਇਦ ਹਾਂਜੀ ਹਾਂਜੀ ਉਹਨਾਂ ਦਾ ਕੀ ਨਾਮ ਸੀ ਸਰਦਾਰ ਸਿੰਘ ਅੱਛਾ ਤੇ ਇਹ ਜਿਹੜਾ ਤੁਸੀਂ ਸਾਡੀ ਤੁਸੀਂ ਸਾਡੀ ਲੜੀ ਚ ਸਾਰੇ ਇਹ ਦੱਸੋ ਕਿੱਥੇ ਮਿਲਦੇ ਹੋ ਜਾ ਕੇ ਇਹ ਦੀਵਾਨ ਤੱਕ ਦੀਵਾਨ ਕੋਲ ਜਾ ਕੇ ਮਿਲਨੇ ਆਣਾ ਜੀ ਦੀਵਾਨ ਔਰ ਜਿਹੜਾ ਨਾ ਤੁਹਾਡੇ ਜਿਹੜਾ ਬਹਾਦਰ ਸਿੰਘ ਸੀ ਤੇ ਲਾਲਾ ਤੇ ਜੋਹਰ ਸਿੰਘ ਤੇ ਬਹਾਦਰ ਸਿੰਘ ਦੇ ਸੱਕੇ ਭਰਾ ਸੰਤ ਰਹੇ। ਅੱਛਾ ਜੀ। ਹਾਂ ਉਹ ਗੋ ਇਹਨਾਂ ਦੀ ਤੁਸੀਂ ਲੜੀ ਰਾਏ ਵਾਲੇ ਵਾਲੇ ਖੂਹ ਆ ਲਾਗੇ ਸਾਡੀ ਜਿਹੜੀ ਇਹਨਾਂ ਖੁਸ਼ਹਾਲੀ ਵਾਲੀ ਉਰਫ ਸਾਡੇ ਜਿਹੜਾ ਦਾਦਾ ਜੀ ਸਨ ਉਹਨਾਂ ਨੇ ਫਿਰ ਮੁਸਲਮਾਨ ਹੋ ਕੇ ਉਹਨਾਂ ਨੇ ਆਪਣਾ ਨਾਂ ਰੱਖਿਆ ਅਮਨਦੀਨ। ਪਹਿਲਾਂ ਕੀ ਨਾਂ ਸੀ ਉਹਨਾਂ ਦਾ? ਪਹਿਲਾਂ ਦਾ ਨਾਂ ਹੈ ਉਹਨਾਂ ਦਾ ਖੁਸ਼ਹਾਲੀ। ਅੱਛਾ ਜੀ। ਜੀ। ਤੇ ਹੁਣ ਅਸੀਂ ਇੱਥੇ ਰਹਿ ਰਹੇ ਹਾਂ ਜੀ ਪਾਕਿਸਤਾਨ ਬਣਨ ਤੋਂ ਪਹਿਲਾਂ। ਇਹ ਸਾਡੇ ਜਿਹੜਾ ਬਾਉ ਜੀ ਦਾਤ ਤੋਂ ਹੀ ਇੱਥੋਂ ਮਤਲਬ ਹੈ ਕਿ ਡਿਓੜੀਆਂ ਤੋਂ ਹੀ ਚੱਲ ਕੇ ਆਏ ਆ ਅਸਲ ਡਿਓੜੀਆਂ ਅਸਲ ਡਿਓੜੀਆਂ ਪਿੰਡ ਜੀ ਹਾਂਜੀ 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 ਹੁਣ ਜਿਹੜਾ ਮੇਰੇ ਕੋਲ ਇੱਕ ਇੰਤਕਾਲ ਹੋਇਆ ਨਾ ਜੀ 81 ਨੰਬਰ ਇੰਤਕਾਲ ਹੈ ਉਹ ਡਿਓੜੀਆਂ ਤੋਂ ਤੁਹਾਡੇ ਵੱਡਿਆਂ ਨੂੰ ਇਹਨਾਂ ਨੇ ਰਕਬਾ ਦਿੱਤਾ ਉਹ ਜਾਗਰ ਸਿੰਘ ਨੂੰ ਤੇ ਇੱਕ ਇਲਾਇਦਾਰ ਸਿੰਘ ਨਾਲ ਰਕਬਾ ਇਹਨਾਂ ਨੇ ਲੀਦਾ ਇੰਤਕਾਲ ਨੰਬਰ 81 ਹੋ ਚੜਿਆ ਹੈ 1900 526 ਚੀਆਂ 1516 ਕਿਉਂਕਿ ਉਹਦਾ ਹਵਾਲਾ 1516 ਨਾਲ ਦੀ ਜਮ੍ਹਾਂ ਮੰਦੀ ਤੇ ਮੇਰੇ ਕੋਲ ਇਹ ਰਿਕਾਰਡ ਹੈ ਪੂਰਾ ਮਿਸਲਕੀਤ 15 14 11 12 ਦੇ ਜ਼ਰਾ ਸ਼ਿਜਰਾ ਸੁਣਾਓ ਇਹਨਾਂ ਨੂੰ ਤੁਹਾਡਾ ਕਿ ਸ਼ਿਜਰਾ ਜ਼ਰਾ ਸੁਣੋ ਬੜਾਈ ਸਾਹਿਬ ਤੁਹ ਆਪਣਾ ਸ਼ਿਜਰਾ ਸੁਣੋ ਇਹ ਸ਼ਿਜਰਾ ਸੁਣੋ ਤੁਹਾਨੂੰ ਇਹ ਤੁਹਾਨੂੰ ਸੁਣਾਉਂਦੇ ਨੇ ਇਹ ਸ਼ਿਜਰਾ ਜਿਹੜਾ ਨਾ ਜੀ ਸ਼ੁਰੂ ਤੋਂ ਜੀ ਇਹ ਬਾਲਾ ਤੋਂ ਸ਼ੁਰੂ ਹੋਇਆ ਤਰਫ ਬੜਾਇਆ ਜੱਟ ਤੋਂ ਬਾਲਾ ਦੂਸਰਾ ਉਹਨਾਂ ਦਾ ਭਾਈ ਹੀ ਦਰਗਈ ਅਗੋ ਦੀਵਾਨ ਦੀਵਾਨ ਦੇ ਅਗੋ ਜਿਹੜੇ ਨਾ ਜੀ ਲਾਲਾ ਤੇ ਜਵਾਹਰ ਸਿੰਘ ਦੋ ਬੇਟੇ ਹਨ ਅਗੋ ਇਹਨਾਂ ਦਾ ਇੱਕ ਭਰਾ ਸੀ ਉਹ ਉਹ ਛੇੜਾ ਮੇਰੇ ਕੋਲ ਵਕੀਲ ਕੋਲ ਪਏ ਆ ਉਹ ਉਹ ਬਹਾਦਰ ਸਿੰਘ ਦੀ ਲੜੀ ਉਸ ਤੋਂ ਟੁਰਦੀ ਏ ਬਹਾਦਰ ਸਿੰਘ ਦੀ ਬਹਾਦਰ ਸਿੰਘ ਜਵਾਹਰ ਸਿੰਘ ਤੇ ਲਾਲਾ ਇਹ ਤਰੇਹ ਵੇ ਭਰਾ ਸਨ ਜੀ ਅੱਛਾ ਜੀ ਹਾਂ ਜੀ ਜਵਾਹਰ ਸਿੰਘ ਦੇ ਅਗੋ ਚਾਰ ਬੇਟੇ ਹਨ ਤੇ ਲਾਲੇ ਦੇ ਦੋ ਬੇਟੇ ਹਨ ਵਡੇ ਦਾ ਨਾਖੁਸ਼ ਹਾਲੀ ਸੀ ਤੇ ਛੋਟੇ ਦਾ ਨਾਖੁਸ਼ ਹਾਲੀ ਜਿਹੜੇ ਮੁਸਲਮਾਨ ਹੋ ਗਿਆ ਇੱਥੇ ਅੱਛਾ ਅੱਛਾ ਜੀ ਤੇ ਜਿਹੜੇ ਡਿਊਟੀਆਂ ਵਾਲੇ ਸਨ ਨਾ ਜੀ ਇਹ ਮੱਲਾ ਸਿੰਘ ਕੇ ਮੱਲਾ ਸਿੰਘ ਵੀ ਇੱਥੇ ਮੁਸਲਮਾਨ ਹੋਇਆ 1948 47 ਅੱਛਾ ਜੀ ਉਹ 48 ਦੇ 12ਵੇਂ ਮਹੀਨੇ ਚ ਤੇ ਫੋਟੋ ਹੈ ਉਹਨਾਂ ਨੇ ਆਪਣਾ ਨਾਂ ਅਬਦੁੱਲਾਹ ਰੱਖ ਲਿਆ ਸੀ ਅੱਛਾ ਜੀ ਉਹਨਾਂ ਦਾ ਅਗੋ ਬੇਟਾ ਹੀ ਉਹਦਾ ਨਾਂ ਪਹਿਲਾਂ ਈਸਰ ਸਿੰਘ ਸੀ ਮੁਸਲਮਾਨ ਹੋ ਕੇ ਉਹਨਾਂ ਨੇ ਬਰਕਤ ਨਾ ਰੱਖਿਆ ਅੱਛਾ ਜੀ ਜਿਹੜੇ ਕਿ ਫਿਰ ਇੱਥੇ ਹੀ ਫੌਤ ਹੋਏ ਹਨ ਤੇ ਉਹਨਾਂ ਦੀ ਵਿਰਾਸਤ ਜਿਹੜੀ ਨਾ ਸਾਨੂੰ ਮਿਲੀ ਹੈ ਮੇਰੇ ਵਾਲਦਾ ਦਾ ਨਾਮ ਮੁਹੰਮਦ صدیق ਅਲਿ ਅੱਲਾਹ ਪਾ ਖੈਰ ਰੱਖੇ ਤੇ ਹیات ਨੇ ਹੋ ਠੀਕ ਹੈ ਜੀ ਜੀ ਬਾਕੀ ਤੁਹਾਡੇ ਕੋਲ ਲੰਬੜਦਾਰੀ ਸੀ ਚੌਧਰੀ ਬਹਾਦਰ ਕੁਲ ਲਾਂਦੀ ਲਾਂਦੀ ਪੱਤੀ ਦੇ ਵਿੱਚ 1/2 ਦੇ ਮਾਲਕ ਸਨ ਸਾਰੇ ਜੀ ਲਾਂਦੀ ਪੱਤੀ ਜਿਹੜੀ ਹੈ ਨਾ ਜੀ ਇਹਦੇ ਜਿਹੜੀ ਹੈ ਨਾ ਚੜਦੀ ਪੱਤੀ ਉਹਦੇ ਤਰਫ ਸਿੱਧਵਾਂ ਨੂੰ ਚਲੀ ਗਈ ਹਾਂਜੀ ਤੇ ਇਹ ਜਿਹੜੀ ਹੈ ਨਾ ਉਹ ਪਿੰਡ ਦੇ ਕੋਈ ਸਿੱਧੂ ਸਾਡੇ ਕੋਲ ਹੀ ਨਹੀਂ ਇੱਥੇ ਸੁਣਾਮੀ ਅੱਛਾ ਅੱਛਾ ਉਹ ਜਿਹੜੇ ਨਾ ਜੇ ਆਪਣੇ ਸਿੱਧੂ ਜਿਹੜੀ ਨਾ ਚੜਦੀ ਪੱਤੀ ਉਹ ਤਿਰਫ ਸਿੱਧੂ ਚਲੀ ਗਈ ਤੇ ਜਿਹੜੀ ਹੈ ਨਾ ਲਾਂਦੀ ਪੱਤੀ ਉਹ ਟੋਟਲ ਸਾਡੇ ਇਸ ਤਰ੍ਹਾਂ ਪਿਉ ਭਰਾਵਾਂ ਵਡਾਣਾ ਲੱਗੋ 6 ਭਰਾ ਹੋ ਗਿਆ ਅਗੋ ਭਦਰ ਸਿੰਘ ਕੇ ਆ ਗਿਆ ਇਹ ਮਤਲਬ ਕਿ ਸਮਝੋ ਟੋਟਲ 4 ਤੋਂ 6 ਤੇ 1 7 7 ਭਰਾ ਹਨ ਅਗੋ ਬਹਾਦਰ ਸਿੰਘ ਦਾ ਇੱਕ ਭਰਾ ਸੀ 인ਦਰ ਸਿੰਘ ਨਾਂ ਸੀ ਗੱਲ ਬਣ ਉਹਨਾਂ ਦਾ ਹੈ ਸੀ ਬਾਹਵੇਂਗੀ ਕਪਾਲ ਕਪਾਲ ਕਿਰਪਾਲ ਸਿੰਘ ਹਾਂ ਉਹ ਦੂਜੇ ਸਾਡੇ ਬਾਪੂ ਜੀ ਦੇ ਜਿਹੜੇ ਦੂਜੇ ਭਰਾਵਾਂ ਚੋਂ ਸੀਗੇ ਉਹ ਲੜਮੰਜਾ ਦੇ ਪਿੰਡ ਰਹਿੰਦੇ ਨੇ ਉਹ ਕਿਹੜੇ ਪਿੰਡ ਨਾਰਡ ਬੰਜਾਰਾ ਪੈਂਟਾ ਹਾਂ ਹਾਂ ਉਹ ਸਾਡੇ ਕੋਲ ਆਏ ਸਨ ਸਰ ਹਾਂ ਦੀ ਹਾਂ ਦੀ ਆ ਕੇ ਗਏ ਨੇ ਉਹ ਮੇਰੇ ਵਾਲਦ ਸਾਹਿਬ ਨੂੰ ਮਿਲ ਕੇ ਗਏ ਨੇ ਜੱਫੇ ਪਾਪਾ ਕਰਉਂਦੇ ਸਨ ਜੱਫੇ ਪਾਪਾ ਕਰਉਂਦੇ ਹਨ ਹਾਂ ਉਹ ਮੇਰੇ ਵਾਲਦ ਸਾਹਿਬ ਨੂੰ ਮਿਲ ਕੇ ਗਏ ਨੇ ਤਸਵੀਰਾਂ ਤਸਵੀਰਾਂ ਸਾਡੀਆਂ ਬਣਵਾ ਕੇ ਗਏ ਹਨ ਮੇਰੇ ਬੇਟੀਆਂ ਦੀਆਂ ਉਹ ਮੇਰੀਆਂ ਵੀ ਉਹਨਾਂ ਕੋਲ ਮੇਰਾ ਐਡਰੈਸ ਮਰਵੀ ਹੈ ਉਹਨਾਂ ਦਾ ਵੀ ਮੇਰੇ ਕੋਲ ਹੈ हां ए स्वस्ते तुसी ਸਾਡੀ ਲੜੀ ਚੋਂ ਬਾਜਦਾਰ ਤੋਂ ਸਾਡਾ ਖੂਨ ਸਾਡਾ ਖੂਨ ਹੋ ਤੁਸੀਂ ਤੇ ਤੁਸੀਂ ਸਾਡੇ ਕੋਲ ਤੁਸੀਂ ਸਾਡੇ ਕੋਲ ਇਨਸ਼ਾਅੱਲਾ تشریف ਲਿਆਓ ਤੇ ਅਸੀਂ ਅੰਜੀ ਜਿਵੇਂ ਮਤਲਬ ਬੜਾ ਸਾਨੂੰ ਮਿਲ ਕੇ ਤਾਂ ਬੜੀ ਖੁਸ਼ੀ ਹੁੰਦੀ ਹੈ ਔਰ ਸਾਨੂੰ ਬੜਾ ਅਹਿਸਾਸ ਹੈ ਔਰ ਕਈ ਦਫਾ ਉੱਥੇ ਡੇਰੇ ਤੇ ਵੇਖ ਕੇ ਦੇ ਅੱਖੀ ਦਾ ਯਾਰ ਚੌਧਰੀ ਬਾਧਰ ਦਾ ਡੇਰਾ ਹੈ ਬਾਧਰ ਸਿੰਘ ਦਾ ਤੇ ਸਾਡੇ ਤਲਕ ਸਾਨੂੰ ਨਾਲ ਸਾਡਾ ਖੂਨ ਸੀ ਅੱਬਾ ਹੀ ਸਾਡੇ ਦੱਸਦੇ ਨੇ ਬੜਾ ਬੜਾ ਯਾਦ ਕਰਕੇ ਬੜਾ ਯਾਦ ਕਰਦੇ ਨੇ ਸਾਡੇ ਵਾਲਾ ਸਾਹਿਬ ਹਾਂਜੀ ਹਾਂਜੀ ਹੁਣ ਉਹਨਾਂ ਦੀ ਜਰਾ ਯਾਦਦਾਸ਼ਤ ਮੇਰੇ ਵਾਲਾ ਸਾਹਿਬ ਦੀ ਯਾਦਦਾਸ਼ਤ ਤਾਂ ਘਟ ਗਈ ਏ ਥੋੜੀ ਜੀ ਸੌ ਦੇ ਲਗਭਗ ਨੇ ਉਹ ਹਾਂਜੀ ਲੋ ਮੈਂ ਗੱਲ ਕਰ ਬੜਾਈ ਸਾਹ ਤੁਹਾਡੀ ਉਹਨਾਂ ਨਾਲ ਵੀ ਗੱਲ ਕਰਾਵਾਂਗੇ ਤੇ ਤੁਹਾਡਾ ਅੱਜ ਘਰ ਵੀ ਵਹਾਵਾਂਗੇ ਠੀਕ ਹੈ ਜੀ ਠੀਕ ਤੁਹਾਨੂੰ ਆਪ ਮੈਂ ਨਹੀਂ ਕੋਈ ਗੱਲ ਨਹੀਂ ਤੁਹਾਡਾ ਘਰ ਵੀ ਵਹਾਵਾਂਗੇ ਤੇ ਤੁਹਾਡੀ ਉਹਨਾਂ ਨਾਲ ਵੀ ਗੱਲ ਕਰਾਵਾਂਗੇ ਮੈਂ ਉਹਨਾਂ ਨਾਲ ਕੋਲੋਂ ਤਫਸੀਲ ਨਾਲ ਗੁਫ਼ਤਗੂ ਕਰਕੇ ਵੀਡੀਓ ਜਦੋਂ ਅਪਲੋਡ ਕਰਾਂਗਾ ਤੇ ਤੁਹਾਨੂੰ ਦੱਸਾਂਗਾ ਤੇ ਤੁਸੀਂ ਐ ਐ ਐ ਵੇਖੋ ਨਾ ਇਹ ਬੜਾਈ ਸਾਹਿਬ ਨੇ ਇਹ ਤੁਹਾਡਾ ਸੀ ਇਹਨਾਂ ਤੁਹਾਡੀ ਇਹਨਾਂ ਨਾਲ ਗੱਲ ਕਰਾਈ ਇਹਨਾਂ ਦੇ ਬੇਟੇ ਵੀ ਕੋਲ ਬੈਠੇ ਨੇ ਉਹ ਹਸਨੈਨ ਸਾਹਿਬ ਦਾ ਨੰਬਰ ਤੁਹਾਡੇ ਕੋਲ ਆਇਆ ਹੈ ਇੱਕ ਅਵੇਸ ਸਾਹਿਬ ਨੇ ਤੇ ਇਹਨਾਂ ਨੂੰ ਬੜਾ ਚਾ ਚੜਿਆ ਬੜੇ ਖੁਸ਼ ਬੜੀ ਖੁਸ਼ੀ ਹੋਈ ਹੈ ਲੋਰ ਮੈਂ ਜ਼ਰਾ ਹੁਣ ਵੀਡੀਓ ਬਣਾ ਲਾਂ ਫਿਰ ਤੁਹਾਡਾ ਰਾਬਤਾ ਹੋਵੇਗਾ ਅਸਲਾਮੁਅਲੈਕਮ ਅਸਲਾਮੁਅਲੈਕਮ ਅੱਛਾ ਤੁਸੀਂ ਜੀ ਆਪਣੇ ਬਜ਼ੁਰਗਾਂ ਕੋਲੋਂ ਇੱਕ ਗੱਲਬਤ ਸੁਣੀ ਹੋਣੀ ਹੈ ਜਦੋਂ ਤੁਸੀਂ ਇੱਥੇ ਰਹਿੰਦੇ ਸੀ 47 ਤੋਂ ਪਹਿਲਾਂ ਜੀ ਤੇ ਇਹ ਸਰਦਾਰ ਸਹਿਬਾਨ ਵੀ ਇੱਥੇ ਰਹਿੰਦੇ ਸਨ ਜੀ ਤੇ ਤੁਹਾਡੀ ਆਪਸ ਵਰਤੋਂ ਹਿਆ ਸੀ ਬੜੀ ਵਰਤੋਂ ਸੀ ਜੀ ਕਿਵੇਂ ਕਿਵੇਂ ਰਲ ਕੇ ਸਾਰੇ ਰਹਿ ਰਹੇ ਸਨ ਜੀ ਅੱਛਾ ਸ਼ਾਦੀ ਵਿਆਹ ਤੇ ਕੱਟੇ ਹੋਣਾ ਅੱਛਾ ਅੱਛਾ ਤੇ ਜਦੋਂ 1947 ਜੋ ਗਏ ਜੀ ਫਿਰ ਤੁਹਾਡੇ ਬਜ਼ੁਰਗਾਂ ਨੇ ਦੱਸਿਆ ਹੋਣਾ ਕਿਸ ਤਰ੍ਹਾਂ ਗਏ ਕੀ ਮਾਮਲਾਤ ਹੋਏ ਉਹ ਬਸ ਉਹ ਤਿਆੰਦੇ ਹਨ ਜੀ ਉਹ ਤਿਆੰਦੇ ਹਨ ਬਸ ਇਹ ਦੋ ਚਾਰ ਦਿਨ ਰੌਲਾ ਹਾਂ ਆ ਜਾਣਾ ਯਾਰ ਉਹ ਸਦੀਕ ਯਾਰ ਹਾਂ ਆ ਜਾਣਾ ਕੋਈ ਗੱਲ ਹੀ ਨਹੀਂ ਖੁਸ਼ਹਾਲੀ ਨੂੰ ਵੀ ਆਂਦੇ ਹਨ ਉਹ ਖੁਸ਼ਹਾਲੀ ਜਿਹੜੇ ਨੇ ਬਾਅਦ ਵਿੱਚ ਫੌਤ ਹੋਏ ਨੇ ਅੱਛਾ ਅੱਛਾ ਤੇ ਅੱਬਾ ਜੀ ਨੂੰ ਆਂਦੇ ਹਨ ਅੱਬਾ ਜੀ ਸਾਡੇ ਉਸ ਟਾਈਮ ਰਿਹਾ ਹਨ ਉਹਨਾਂ ਦਾ ਇੱਕ ਬੇਟਾ ਵੀ ਸੀ ਵੱਡਾ ਜੀ ਜੀ ਮੈਂ ਉਸ ਤੋਂ ਬਾਅਦ ਪੈਦਾ ਹੋਇਆ ਜੀ ਜੀ ਤੇ ਉਹ ਉਹਨਾਂ ਨੂੰ ਆਂਦੇ ਹਾਂ ਯਾਰ ਸਦੀਕ ਹਾਂ ਆ ਜਾਣਾ ਦੋ ਚਾਰ ਦਿਨ ਦਾ ਰੋਲਾ ਰੋਲਾ ਅੱਛਾ ਇਹ ਹੀ ਗੱਲ ਆਖਰੀ ਦਾ ਮੈਚ ਹੋਈ ਇਹ ਉਹਨਾਂ ਨਾਲ ਤੇ ਜਿਹੜੇ ਆਂਦੇ ਉਹ ਸਾਡੇ ਕੋਲ ਉਧਰੋਂ ਆਏ ਵੀ ਸਨ ਪਾਕਿਸਤਾਨ ਬਣਨ ਤੋਂ ਬਾਅਦ ਹਾਂ ਉਹਨਾਂ ਦਾ ਕੀ ਨਾਮ ਦੱਸਦੇ ਹੋ ਕਪਾਲ ਸਿੰਘ ਗੋਪਾਲ ਸਿੰਘ ਹਾਂ ਕਪੂਰ ਸਿੰਘ ਨਹੀਂ ਕਪੂਰ ਸਿੰਘ ਤੇ ਪਹਿਲਾਂ ਕਿ ਆਇਆ ਸੀ ਨਾ ਅੱਛਾ ਗੋਪਾਲ ਸਿੰਘ ਤੁਹਾਡੇ ਕੋਲ ਆਏ ਨੇ ਜੀ ਜੀ ਤੁਸੀਂ ਮਿਲੇ ਹੋ ਤੁਹਾਡੇ ਵਾਲਿ ਸਾਬ ਨੂੰ ਮਿਲੇ ਨੇ ਜੀ ਜੀ ਬੜਾ ਚਾਹ ਚੜਾਇਆ ਨਾ ਔਰ ਉਹ ਬੜਾ ਬੜਾ ਜੱਫਾ ਪਾਪਾ ਕੇ ਅੱਬਾਈ ਨੂੰ ਮਿਲ ਕੇ ਤੇ ਰਹੋਦੇ ਹਾ ਨਾ ਤੇ ਆਂਦੇ ਹਣ ਯਾਰ ਅਸੀਂ ਵਿਛੜ ਗਏ ਉਦੋਂ ਤੋਂ ਬੜੀ ਖੁਸ਼ੀ ਹੋਈ ਹੈ ਮਿਲ ਕੇ ਤੇ ਉਹਰ ਉਸ ਤੋਂ ਬਾਅਦ ਸਾਡੀ ਮੁਲਾਕਾਤ ਉਹ ਦੁਬਾਰ ਨਹੀਂ ਹੋਵਾ ਉਹ ਐਡਰੈਸ ਤੁਹਾਨੂੰ ਆਪਣਾ ਲਿਖਾ ਕੇ ਗਏ ਸਪਨਾ ਮੈਨੂੰ ਲਿਖਾ ਕੇ ਗਏ ਨੇ ਅੱਛਾ ਸੁਨਾਮ ਜਗ੍ਹਾ ਹੈ ਅੱਛਾ ਗਾਉਂ ਦਾ ਨਾਮ ਹੈ ਗਾਂ ਦਾ ਨਾਮ ਗਾਉਂ ਦਾ ਨਾਮ ਹੈ ਪਿੰਡ ਸੁਨਾਮ ਪਿੰਡ ਸਲੇ ਸੁਨਾਮ ਤੇ ਤਹਿਸੀਲ ਕੋ ਪਿੰਡ ਹੈ ਤੁਹਾਡੇ ਲਿਖਿਆ ਤੇ ਡਾਇਰੀ ਤੇ ਹਾਂਜੀ ਡਾਇਰੀ ਤੇ ਲਿਖਿਆ ਹਾਂਜੀ ਵੇਖਣਾ ਜੀ 250 ਕੀ ਲਿਖਿਆ ਡਾਇਰੀ ਤੇ ਵਾ ਲਈ ਹੁਣ ਕਦ ਦੱਸਦੇ ਹਾਂ ਕੀ ਨਾਮ ਹੈ ਜੀ ਇੱਥੇ ਡਾਇਰੀ ਤੇ ਆ ਜਾਂਦਾ ਇਹ ਡਾਇਰੀ ਤੇ ਤੁਸੀਂ ਵੇਖੋ ਹਾਂ ਕੀ ਕੀ ਐਡਰੈਸ ਉਹਦਾ ਤੋਂ ਲਾਇਆ ਸੀ ਇਹ ਨਾਮ ਦੱਸ ਕੇ ਗਏ ਨੇ ਜੀ ਆਪਣਾ ਜੀ ਜੀ ਇਹ

ਗਰਵਨ 1901 ਨਾ ਤੇਰਾ ਮੇ ਚਾਹੀ ਠੀਕ ਹੈ ਜੀ ਤੇ ਬੜੈਸ਼ ਸਾਹਿਬ ਤੁਸੀਂ ਹੁਣ ਤੁਹਾਡੇ ਗੱਲ ਹੋਈ ਏ ਜੀ ਬੜੈਸ਼ ਸਾਹਿਬ ਨਾਲ ਸੁਨਾਮ ਨੰਬਰਦਾਰ ਸਾਹਿਬ ਨਾਲ ਜੀ ਜੀ ਤੇ ਕੀ ਫੀਲ ਕੀਤਾ ਤੁਸੀਂ ਕੀ ਮਹਿਸੂਸ ਕੀਤਾ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਜੀ ਜਿਹੜੇ ਆਪਣਾ ਯਾਰ ਜਿਹੜੀ نسل ਇਕ ਦੂਜੇ ਨਾਲ ਮਿਲ ਕੇ ਤੇ

ਕੁਸਤੀ ਉਸਤੀ ਵਿਕਾਰ ਦਾ ਰਿਆਂ ਕੁਲ ਦਾ ਕੁਲ ਦਾ ਵੀ ਰਿਆਂ ਤੇ ਇਹ ਵੀ ਜੱਦੀ ਕਿਲੇਦਾਰ ਸਿੰਘ ਦੇ ਰਹਿਣ ਵਾਲੇ ਇਹਨਾਂ ਨਾਲ ਗੱਲਬਾਤ ਕਰਾਂਗੇ ਪਾਕਿਸਤਾਨ ਬਣਨ ਤੋਂ ਪਹਿਲਾਂ ਕਿਲੇਦਾਰ ਸਿੰਘ ਜਿਹੜਾ ਹੈ ਉਹਦੀ ਕੀ ਸੂਰਤ ਹਾਲ ਸੀ ਕੌਣ ਕੌਣ ਲੋਕ ਰਹਿੰਦੇ ਸਨ ਇੱਥੇ ਬਾਜ਼ਾਰ ਕਿਸ ਤਰ੍ਹਾਂ ਦਾ ਸੀ ਤੇ ਜਿਹੜੀਆਂ ਜਿਹੜੀਆਂ ਕੌਮਾਂ ਰਹਿੰਦੀਆਂ ਸਨ ਉਹਨਾਂ ਦੇ ਬਾਰੇ ਜਾਣਾਂਗੇ ਇਹਨਾਂ ਕੋਲੋਂ ਕਿਲੇਦਾਰ ਸਿੰਘ ਦੇ ਬਾਰੇ 1947 ਚ ਫਿਰ ਜਦੋਂ ਇੱਥੋਂ ਲੋਕ ਗਏ ਤੇ ਕੀ ਮਾਮਲਾ ਹੋਇਆ ਕਿਸ ਤਰ੍ਹਾਂ ਗਏ ਲਓ ਇਹਨਾਂ ਨਾਲ ਗੱਲ ਕਰ ਅਸਲਾਮੁਅਲੈਕਮ ਜੀ ਵਾਅਲੈਕਮੁਅਲੈਕਮ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਮੁਹੰਮਦ ਮਾਲਕ ਮੁਹੰਮਦ ਮਾਲਕ ਕੋਈ ਗੱਲ ਤੇ ਤੁਹਾਡੇ ਵਾਲਿਦ ਸਾਹਿਬ ਦਾ ਕੀ ਨਾਮ ਅੱਲਾਹ ਦਾ ਅੱਲਾਹ ਦਿੱਤਾ ਤੇ ਦਾਦਾ ਜੀ ਦਾ ਨਾਮ ਵੀ ਪਤਾ ਹੈ ਆ ਜੀ ਕੀ ਨਾਮ ਸੀ ਮਾਮ ਜੀ ਮਾਮ ਜੀ ਅਮਦ ਜੀ ਤੁਸੀਂ ਜੱਦੀ ਇੱਥੋਂ ਦੇ ਰਹਿਣ ਹਾਂ ਜੱਦੀ ਪੁੱਜੇ ਤੋਂ ਰਹਿਣ ਆ ਰਹੇ ਹਾਂ ਪਹਿਲਾਂ ਕਿਲੇ ਦੇ ਅੰਦਰ ਕਿਲੇ ਰਹਿੰਦੇ ਸੋ ਨਹੀਂ ਆਪੇ ਹੀ ਤਾਂ ਰਹਿੰਦੇ ਹਾਂ ਹੱਕਨਾ ਦੇ ਘਰ ਦੇ ਕੋਲ ਅੱਛਾ ਇਹਨਾਂ ਨੰਬਰਦਾਰਾਂ ਦੇ ਘਰ ਦੇ ਹਾਂ ਜਿਹੜੇ ਇਹ ਨੰਬਰਦਾਰ ਸਾਹਿਬ ਦਾ ਕੀ ਨਾਂ ਸੀ ਸਰਦਾਰ ਸਾਹਿਬ ਦਾ ਇੰਦਰ ਸਿੰਘ ਇੰਦਰ ਸਿੰਘ ਉਹਨਾਂ ਇੰਦਰ ਸਿੰਘ ਤੇ ਬਾਦਲ ਸਿੰਘ ਇਹਨਾਂ ਦੇ ਖੂਹ ਉਹਨਾਂ ਇੱਕ ਰਾਏ ਵਾਲਾ ਤੇ ਇੱਕ ਕਨੂਆ ਵਾਲਾ ਅੱਛਾ ਅੱਛਾ ਸਮਝਾ ਜੀ ਤੇ ਇਹ ਕਿ ਜਦੋਂ ਜਿਆਦਾ ਜੋੜੀ ਜਾਣਾ ਨੋਖਾ ਭੁਲਾਣ ਹੁੰਦਾ ਵੀ ਸਰਦਾਰ ਸਰਦਾਰ ਸਰਦਾਰਿਕ ਦਾ ਪੁੱਤ ਰਿਆ ਅੱਛਾ ਉਹ ਕੋਲ ਦਾ ਤੇ ਜਦ ਵੀ ਚੇਨ ਮਾਰ ਦਦੇ ਨਾ ਹੂੰ ਹੂੰ ਵਾ ਵਾ ਆਪਣਾ ਟੰਗਾ ਤਾਂ ਐਮਰ ਸੋਨਾ ਲਗਾਇਆ ਆਪਣਾ ਟਾਈਮ ਅੱਛਾ ਲਗਾਇਆ ਸੋਨਾ ਲਗਾਇਆ ਅੱਛਾ ਆ ਇਹ ਇਹ ਜਿਹੜੇ ਤੁਸੀਂ ਨੰਬਰਦਾਰਾਂ ਦੇ ਘਰ ਦੇ ਨਾਲ ਹੀ ਤੁਹਾਡਾ ਘਰ ਸੀ ਹਾਂ ਉਹ ਨਾਲ ਹੀ ਦੇ ਨਾਲ ਉਹ ਨਾਲ ਦੇ ਉਦੋਂ ਤੇ ਇੰਨੀ ਆਵਾਜ਼ੀ ਇੱਥੇ ਨਹੀਂ ਹੁੰਦੀ ਨਹੀਂ ਨਹੀਂ ਕੋਈ ਬਾਜ਼ੀ ਨਹੀਂ ਸੀ ਅੱਛਾ ਉਦੋਂ ਜਾਂ ਕਮੇਟੀ ਦੀ ਜਗਾ ਥਾ ਉਹਦੀ ਕਮੇਟੀ ਪੁਰਾਣੀ ਹੈ ਪੁਰਾਣੀ ਪੁਰਾਣੀ ਹਾਂ ਪੁਰਾਣੀ ਕਮੇਟੀ ਹੈ ਤੇ ਇੱਥੇ ਬਾਜ਼ਾਰ ਐ ਸੀ ਉਦੋਂ ਵੀ ਬਾਜ਼ਾਰ ਹੈ ਵੀ ਛੋਟਾ ਜਿਹਾ ਸੀ ਉਹ ਬਹੁਤੇ ਛੋਟਾ ਹੋ ਗਿਆ ਹਾਂ ਜੋ ਉਹਦੀ ਬਾਹਰ ਨਹੀਂ ਛਿਰਕ ਬਣੀ ਅੱਛਾ ਉਹ ਸਾਡੇ ਦੇਖਦੇ ਜੀ ਬਣੀ ਅਗਲੇ ਦੰਦ ਦੀ ਬਾਦ ਉਹ ਬਣੀ ਅੱਛਾ ਅੱਛਾ ਤੇ ਉਹਦੇ ਵਾਹ ਵਾਹ ਛੇ ਮਹੌਲੇ ਰਿਹਾ ਮੈਂ ਬਹੁਤਾ ਜਾਨਦਾ ਜੀ ਹੋ ਰਿਹਾ ਇੱਥੇ ਰਿਹਾ ਅੱਛਾ ਆ ਬੜਾ ਸਜ ਰਹਿਣੇ ਇੱਥੇ ਜਿਹੜਾ ਬਾਜ਼ਾਰ ਸੀ ਉਹਦੇ ਦੁਕਾਨਾਂ ਦੁਕੋਨਾਂ ਖਤਰੀਆਂ ਦੀਆਂ ਸੀ ਬਹੁਤ ਜਿਆਦਾ ਖਤਰੀਆਂ ਹੀ ਸਨ ਅੱਛਾ ਬਹੁਤ ਜਿਆਦਾ ਖਤਰੀਆਂ ਹੀ ਦੁਕਾਨਾਂ ਦਾ ਕੋਈ ਮਸ਼ਹੂਰ ਖਤਰੀ ਨਾਂ ਯਾਦ ਨੇ ਬਲਵੰਤ ਸਿੰਘ ਬਲਵੰਤ ਸਿੰਘ ਹਾਂ

ਗਲਦੀਪੀ ਲਾਦਲਿੰਗ ਹਾਂ ਹਾਂ ਇਹ ਆਪਣਾ ਇਹ ਖਤਰਿਆ ਦੇ ਮੁੰਡੇ ਹਨ ਆ ਗਗਰ ਜਿਹੜਾ ਮੁੰਡਾ ਹੈ ਇਹੜੀ ਇੱਕ ਥਾਣੇ ਤੋਂ ਅਗਲੇ ਪਾਸੇ ਇੱਕ ਬਿਲਡਿੰਗ ਹੈ ਰੋਸਿਆਈ ਦੁਕਾਨ ਦੇ ਸਾਹਮਣੇ ਹਾਂਜੀ ਇਹ ਕਿਸੇ ਖਤਰੇ ਦੀ ਸੀ ਬੜੀ ਵੱਡੀ ਬਿਲਡਿੰਗ ਜਿਹੜੀ ਥਾਣੇ ਦੇ ਕੋਲ ਬੜੀ ਦੀਤ ਯਾਰ ਹੋ ਗਈ ਸੀ ਅੱਛਾ ਅਗੇ ਵਕਤ ਨਹੀਂ ਤਾਂ ਬਦਲ ਆਏ ਨਹੀਂ ਹੋ ਗਿਆ ਨਹੀਂ ਅੱਛਾ ਦਿਹਾੜਾ ਦਾ ਹੋ ਗਿਆ ਅੱਛਾ ਇਹ ਕਿਦੀ ਸੀ ਇਹ ਉਹਦਾ ਨਾਂ ਨਹੀਂ ਮੈਨੂੰ ਆਈ ਆਉਣਾ ਅੱਛਾ ਉਹਦਾ ਨਾਂ ਨਹੀਂ ਆਉਦਾ ਵੱਡੀ ਸਾਰੀ ਬਿਲਡਿੰਗ ਸੀ ਬਰਾਬਰ ਵੱਡੀ ਨਾਲੀ ਬਿਲਡਿੰਗ ਹੈ ਵੱਡੀ ਬਿਲਡਿੰਗ ਹੈ ਉਹ ਤੇ ਥਾਰੇ ਦੇ ਨੇੜੇ ਪਾਸੇ ਆਹਾ ਆਹਾ ਆਈਦੇ ਬਜ ਜੀ 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 ਉਹ ਇਹ ਵੀ ਅੱਛਾ ਬੰਦਾ ਦੇ ਬੱਚਾ ਉਹ ਟਾਈਮ ਉਹ ਆ ਗਿਆ ਮੈਂ ਉਹਨਾਂ ਨੂੰ ਉਹਨਾਂ ਨੇ ਹਣਾਈ ਅੱਛਾ ਅੱਛਾ ਬਰੋਂ ਤੂੰ ਮੈਂ ਆ ਗਿਆ ਹਣਾਈ ਜੋ ਬਾਹਰ ਦੁਨੀਆ ਹੀ ਹੈ ਤੁਹਾਡੇ ਇੱਥੇ ਇਕੱਲੇ ਸਕੂਲ ਹੈ ਸੀ ਜੇ ਪਾਕਿਸਤਾਨ ਬਣਨ ਤੋਂ ਪਹਿਲਾਂ ਇੱਕੋ ਹੀ ਸਕੂਲ ਸੀ ਹਾਈ ਸਕੂਲ ਅੱਛਾ ਤੇ ਜਾ ਵੀ ਤੇ ਪਾਦੇ ਆ ਲਖੂ ਦੇ ਕੋਲ ਇੱਕ ਸਕੂਲ ਹੁੰਦਾ ਛੋਟਾ ਅੱਛਾ ਇਹ ਸਕੂਲ ਉਹ ਹੀ ਸੀ ਵੱਡਾ ਅੱਛਾ ਜੱਜਤ ਵੀ ਜਦੋਂ ਕੀ ਪੜਦੇ ਨੇ ਅੱਛਾ 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 ਆਏ ਛੋਟਾ ਸਕੂਲ ਸੀ ਤੇ ਜੀ ਦੱਸੋ ਇਹ ਜਿਹੜਾ ਸਕੂਲ ਹੈ ਨਿੱਕਾ ਵੀ ਅੱਛਾ ਇਹ ਸਕੂਲ ਵੱਡਾ ਉਹ ਹੀ ਸੀ ਹੂੰ ਹੂੰ ਤੇ ਜਦੋਂ ਤੁਹਾ ਆ ਬਈਓ ਸਕੂਲ ਬਾਹਰ ਦੇ ਪਿਆ ਮੈਨੂੰ ਕਿਹਨਾ ਕਿਹਨਾ ਸਕੂਲ ਬਾਹਰ ਦੇ ਪਿਆ ਬੱਚਿਆਂ ਦਾ ਸਕੂਲ ਆ ਉਹ ਪਾਇ ਚੋਰੀ ਅਬਦੁੱਲਾ ਨੇ ਅਬਦੁੱਲਾ ਨੇ ਉਹ ਜਗ੍ਹਾ ਜਿਹੜੀ ਹੈ ਨਾ ਇਸ ਕੁ ਵਾਲੀ ਉਹ ਵੀ ਚੌਦੀ ਅਬਦੁੱਲਾ ਹੀ ਨੇ ਜਿੱਥੇ ਹੈ ਅੱਛਾ ਅਬਦੁੱਲਾ ਦਰਜੀ ਹਾਂ ਜੀ ਦਰਜੀ ਹੈ ਅੱਛਾ 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 ਬੰਦਾ ਹੈ ਅੱਛਾ ਤੇ ਤੁਸੀਂ ਇਹ ਦੱਸੋ ਇੱਥੇ ਕੋਈ ਗੁਰਦੁਆਰਾ ਆਇਆ ਸੀ ਗੁਰਦੁਆਰਾ ਆਜੀ ਕਿਥੇ ਆਪਨੇ ਕਿਹਾ ਮਜਾ ਆ ਜਾਏ ਨਾ ਨਿੱਕੇ ਮਜਾ ਆ ਰਿਹਾ ਹਾਂ ਤੇ ਅੱਗੇ ਖਾਣਾ ਦਾ ਮਕਾਨ ਉਹਦੇ ਸਾਹਮਣੇ ਗੁਰਦੁਆਰਾ ਸੀ ਅੱਛਾ ਉਹ ਆ ਸੀ ਕੋਈ ਮੰਦਰ ਵੀ ਆ ਸੀ ਮੰਦਰ ਬਾਰ-ਬਾਰੀ ਦਾ ਮੰਦਰ ਉੱਤੇ ਕੁਝ ਹੀ ਸੀ ਅੱਛਾ ਬਾਰ-ਬਾਰ ਮੰਦਰ ਆਇਆ ਸੀ ਹਾਂ ਰੋੜੀ ਦੇ ਮਾਦਾਨੀ ਹਾਂ ਇਹ ਉਹ ਆ ਚੀਜ਼ ਆ ਨਾ ਜਾਂ ਕੋਟ ਪੁਹਾੜੀ ਨਾਲ ਦੇਦੀ ਉਹ ਤੋਂ ਵੱਡਾ ਸੀ ਜੰਗ ਚੰਦ ਸੀ ਨਾ ਅੱਛਾ 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 ਤੇ ਤੁਸੀਂ ਇਸ ਬਾਜ਼ਾਰ ਚ ਫਿਰ ਲੋਕ ਦਿਵਾਲੇ ਪਿੰਡਾਂ ਦੇ ਲੋਕ ਆਉਂਦੇ ਹੋਣੇ ਨੇ ਖਰੀਦ ਖਰੂਦ ਆਹ ਦੋਦਾ ਦੋਦਾ ਲੈਣ ਆਉਣਾ ਹੂੰ ਕੋਰ ਨਾ ਨਾ ਦੇ ਨਾ ਹੁੰਦਾ ਤੇਰੇ ਕਿਉਂ ਵੀ ਝੁੱਪੜੀ ਦੇ ਉਹ ਨਾ ਬੜਾ ਝੁਕਿਆ ਹੋਇਆ ਫੈਦ ਕੋਟ ਦੇ ਇੰਨੇ ਦੇ ਮਕਾਮ ਦਾ ਕੋਟੇ ਦਾ ਧੋਖਾ ਦੇ ਉਹ ਨਾ ਉਹਦਾ ਅਗੇ ਦੋਦਾ ਅਗੇ ਗ੍ਰੀਸਨਾ ਕਰਦਾ ਬਾਜ਼ਾਰ 'ਚ ਹੂੰ ਹੂੰ ਮੰਡੀ ਉਦੋਂ ਕੋਈ ਨਹੀਂ ਸੀ ਗੱਡਾ ਬੰਦੀ ਆ ਬਾਜ਼ਾਰ ਦੇ ਵਿੱਚ ਸੀ ਅੱਛਾ ਪੁਰਾਣੀ ਗੱਲਾਂ ਵੀ ਆਈ ਸੀ ਪੁਰਾਣੀ ਬਾਜ਼ਾਰ 'ਚ ਦੀ ਬੰਦੀ ਜਿਹੜਾ ਗੁਆਚੀ ਉੱਠਿਆ ਉਹ ਦੁਕਾਨ ਕਿੰਦਾ ਲਵਾ ਰਿਹਾ ਅੱਛਾ ਅੱਛਾ ਹਾਂ ਪਹਿਲਾਂ ਕੋਈ ਨਹੀਂ ਦਿਲਗਾ ਆਪਣਾ ਬੰਦਿਆ ਹੁਣ ਦੋ ਨੇ ਅੱਛਾ ਅੱਛਾ ਉਹਦੇ ਕਿ ਨਹੀਂ ਦੋ ਨੇ ਦੋ ਨੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਤੇ ਤੁਹਾਡੇ ਜਦੋਂ ਤੁਸੀਂ ਜਵਾਨ ਸੋ ਗੱਬਰੂ ਸੋ ਪਾਕਿਸਤਾਨ ਬਣਨ ਤੋਂ ਪਹਿਲਾਂ ਕਿਲੇ ਜਦਾਰ ਸਿੰਘ ਚ ਮੋਤਬਰ ਬੰਦੇ ਹੁੰਦੇ ਨੇ ਨਾ ਬੰਦੇ ਮੋਤਬਰ ਹੁੰਦੇ ਨੇ ਬਿਲਕੁਲ ਜਿਹੜਾਂ ਦੀ ਸਾਰੇ ਲੋਕ ਗੱਲ ਸੁਣ ਲੈਂਦੇ ਨੇ ਮੰਨ ਲੈਂਦੇ ਨੇ ਠੀਕ ਹੈ ਉਹ ਸਿੱਖਾਂ ਹਿੰਦੂਆਂ ਮੁਸਲਮਾਨਾਂ ਜੋ ਕਿਹੜੇ ਕਿਹੜੇ ਸੋ ਇੱਕ ਦਿਨ ਚੋਰੀ ਉਧੰਦਾ ਸੀ ਅੱਛਾ ਪਹਿਲੇ ਨੰਬਰ ਤੇ ਉਹ ਆ ਗਿਆ ਅੱਛਾ ਹੋਰ ਆ ਜਾਦਾ ਇਸਰ ਸਿੰਘ ਇਸਰ ਸਿੰਘ ਇਹ ਆਪਣਾ ਜਿਹੜਾ ਜਿਹੜਾ ਮਕਾਨੇ ਦਾ ਆਕਰ ਆਕਰਾਂ ਅੱਛਾ ਇਹ ਇੰਦਰ ਸਿੰਘ ਆ ਇੰਦਰ ਸਿੰਘ ਵੜੈਸ਼ ਇੰਦਰ ਸਿੰਘ ਵੜੈਸ਼ ਅੱਛਾ ਇਹ ਕੋਈ ਉਹਨਾਂ ਦੇ ਮੁੰਡਿਆਂ ਮੁੰਡਿਆਂ ਵਾਦਾ ਕਰਨਾ ਕਰਨਾ ਆ ਉਹ ਜਦੋਂ ਦੂਜੇ ਆਦੇ ਕਰਦੇ ਜਦੋਂ ਆਦੇ ਕਹਿੰਦਾ ਮਾਫੀ ਮੰਗੋ ਚਲੋ ਸੋਲਾ ਸੋਲਾ ਹੋ ਜਾਣੀ ਅੱਛਾ ਅੱਛਾ ਸਮਝਾਈਏ ਐਸਾ ਉਹ ਨਹੀਂ ਇਹ ਜ਼ਿੰਮੇਵਾਰ ਬੰਦੇ ਜਿਹੜਾ ਬਣਾ ਚਾਹਦੇ ਵਾ ਵਾ ਫਿਗਰ ਅੱਛਾ ਅਈ ਜੀ ਜਮਨ ਅੱਛਾ ਅੱਜਾ ਟਾਈਮ ਲਗਾਇਆ ਤੇ ਸੋਨਾ ਲਗਾ ਗਿਆ ਜਿਨ੍ਹਾਂ ਦੇ ਰਹਿਤ ਦਾ ਸਰਦਾਰ ਸੋਨਾ ਟਾਈਮ ਲਗਾ ਗਿਆ ਖੱਤਰੀਆਂ ਚ ਕੋਈ ਬੰਦਾ ਮੌਤ ਪਰ ਐ ਸੀ ਦੁਕਾਨਦਾਰਾਂ ਚੋਂ ਜਾਂ ਬਾਮਣਾ ਚੋਂ ਬਾਵਲ ਐਲੀ ਇੱਕ ਰੱਖੇਸ਼ਾ ਖੱਤਰੀ ਰੱਖੇਸ਼ਾ ਖੱਤਰੀ ਆ ਰੱਖੇਸ਼ਾ ਖੱਤਰੀ ਦੁਕਾਨਦਾਰ ਸੀ ਉਹ ਦੁਕਾਨ ਦਾ ਇੱਕ ਬਜਾ ਦਾ ਵਪਾਰੀ ਬਣ ਗਿਆ ਬਜਾ ਦਾ ਵਪਾਰੀ ਵੀ ਸੀ ਉਹਦਾ ਘਰ ਕਿੱਥੇ ਢੱਕ ਕੇ ਸੀ ਉਹਦਾ ਗੋਰਗੀਰਾਂ ਦੇ ਘਰ ਦੇ ਨਾਲ ਕੋਠੇ ਚ ਵਾਈ ਆਹ ਪੁਰਾਣਾ ਆਹ ਬਣਾ ਜਿੱਥੇ ਦੁੱਧਾ ਪੈਂਦੀ ਸੀ ਅੱਛਾ ਕੀ ਪੈਂਦੀ ਸੀ ਦਿਲ ਦਾ ਮਦਦ ਦਾ ਮੁੰਡੇ ਆਪਣਾ ਨਾ ਸਿੱਕਾਂ ਦੇ ਸ਼ੌਕ ਬਣਾ ਸ਼ੌਕ ਨੂੰ ਬਣਾਇਆ ਸੀ ਅੱਛਾ ਅੱਛਾ ਠੇਟਾ ਨ ਹੋਵੇਗਾ ਕਿ ਨਾ ਦੇ ਮੁੰਡਿਆਂ ਨਾਲ ਕੇ ਜਦਾ ਜਦਾ ਦਿਲਾਂ ਵਿੱਚ ਚਲ ਜੇ ਉਹ ਜਗਾ ਉਹਨਾਂ ਦੇ ਮੋਤਬਰ ਬੰਦਾ ਉਹ ਵੀ ਸੀ ਉਹ ਵੀ ਸੀ ਜ਼ਿਮੇਵਾਰ ਬੰਦਾ ਜ਼ਿਮੇਵਾਰ ਬੰਦਾ ਤੇ ਤੁਹਾਡੇ ਇੱਥੇ ਕੋਈ ਕੌਡੀ ਛੋਡੀ ਹੁੰਦੀ ਸੀ ਉਸ ਦੁਸਤ ਜ਼ਮਾਨੇ ਚ ਬਿਲਕੁਲ ਹੋ ਗਈ ਅੱਛਾ ਜੀ ਅਸੀਂ ਚੇਲ ਕਾਵਾ ਤੇ ਮਲਦੇ ਨੋਕੀ ਘੁਲਾਦੇ ਜਾ ਕੇ ਖਾਣੇ ਜਿਉਂਦੀ ਅੱਛਾ ਜੂਣੀ ਜਾ ਕੇ ਤੇਲ ਮਾਰਦੇ ਹਾਂ ਜੂਣੀ ਉਹ ਬੰਦਿਆ ਖੂਹ ਦਾ ਅੱਛਾ ਨਾਲ ਨਹੀਂ ਨਾਲ ਦੇ ਨਾਲ ਹੂੰ ਬੰਦਿਆ ਖੂਹ ਤੇ ਉੱਥੇ ਜਾ ਕੇ ਤੇਲ ਭਾਗਾ ਇਤੋਂ ਜਿਆਦਾ ਨਾ ਮੈਂ ਤੇ ਮਸ਼ੀਨ ਪੁਰਾਣੇ ਹੁੰਦੇ ਨੇ ਇੱਕ ਆ ਇਹ ਅੱਛਾ ਅਈ ਜਿਆਦਾ ਦਾ ਕਿਤੇ ਚਾਰੂਗਰ ਹੁੰਦਾ ਸੀ ਐਵੇਂ ਕਹੇ ਮੁੰਡੇ ਸੀ ਜਾਂਦੇ ਸੋਦੇ ਲੜ ਕੇ ਅੱਛਾ 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 ਹਾਂ ਉਹ ਸਰਦਾਰ ਐਸਾ ਪਤਰੀਆ ਦੀ ਨੋਖਾ ਬਲਵਾਨ ਨੋਖਾ ਬਲਵਾਨ ਉਹਦੇ ਨਾਲ ਤੁਸੀਂ ਤੇਲ ਮਲਦੇ ਰਹੋ ਜ਼ੋਰ ਕਰਦੇ ਤੇ ਬੜੇ ਤੇਰਾਬ ਨਾਲ ਤੇ ਬੜੇ ਜ਼ੋਰ ਕਰਦੇ ਆ ਵਾਵਾ ਠੀਕ ਠਾਕ ਆਂਦਾ ਵੀ ਖੈਰ ਸੀ ਤਗੜਾ ਤਗੜਾ ਸੀ ਉਹ ਵੀ ਜਿੰਦ ਜਾਨ ਚ ਆਹਦੇ ਨਾਲ ਤਗੜਾ ਸੀ ਐਟੀਟਿਊਡ ਵਾਲਾ ਰੰਦਾ ਤੋਂ ਤਗੜਾ ਸੀ ਅੱਛਾ 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 ਮਤਲਬ ਜੁੜੇ ਜਾਂਦੇ ਸਭ ਨਾਲ ਦੀ ਅੱਛਾ ਅੱਛਾ ਤੇ ਬਰਾਦਾ ਦਾ ਪੁੱਤ ਜਿਆ ਯਾਰ ਕੋਈ ਹਾਲਾਤ ਨਹੀਂ ਰੱਖਿਆ ਗਾ ਤੂੰ ਪਹਿਲ ਉਹਦਾ ਦੇ ਦੋਵੇਂ ਬੈ ਜਾ ਦੋਵੇਂ ਬੈ ਬੈ ਜਾਦਾ ਹਟਾ ਲੈ ਤੂੰ ਅੱਛਾ ਕੱਲੇ ਦਾ ਦਾਦਾ ਜੀ ਕੱਲੇ ਦਾ ਡਾਡਾ ਕੱਲੇ ਦਾ ਡਾਡਾ ਵਾਵਾ ਟੀਕ ਡਾਗੇ ਇਸ ਗਾਲ ਅੱਛਾ 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 ਬਹੁਤ ਬਗਾਇਆ ਸੋਨਾ ਲਗਾਇਆ ਅੱਛਾ 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 ਉਹ ਸ਼ਹਿਰ ਵੀ ਜਾਂਦਾ ਸੀ ਖਾੜੇ ਸ਼ਹਿਰ ਜਾਂਦਾ ਸੀ ਜੀਦੇ ਭੁਲਾਣ ਦੇ ਘਾਰੇ ਚ ਸ਼ੀਦਾ ਜਲਾ ਜਿਹੜਾ ਕਿਹੜੇ ਘਰ ਵਾਲਾ ਹਾਂਜੀ ਹਾਂਜੀ ਹਾਂ ਉਹਦੇ ਖਾੜੇ ਜਾਂਦਾ ਉਹਦੇ ਖਾੜੇ ਜਾ ਕੇ ਜ਼ੋਰ ਕਰਦਾ ਸੀ ਕਰਦਾ ਜੀ ਧੋਲਾ ਅੱਛਾ ਉਹਦੇ ਘਰੇ ਜਾਂਦਾ ਜ਼ੋਰ ਕਰਦਾ ਸੀ ਤੁਹਾਡਾ ਪਾਕਿਸਤਾਨ ਬਣਨ ਤੋਂ ਪਹਿਲਾਂ ਕਿਲੇ ਚ ਬਿਜਲੀ ਆਈ ਸੀ ਕੋਈ ਨਹੀਂ ਸੀ ਦਾਦਾ ਦਾਦਾ ਤੁਹਾਨੂੰ ਉਦੋਂ ਦੀ ਹੌਸ਼ ਹੈ ਕਿ ਇਸ ਕਮੇਟੀ ਦਾ ਚੇਅਰਮੈਨ ਕੌਣ ਸੀ ਉਦੋਂ ਨਹੀਂ ਯਾਦ ਨਹੀਂ ਤੁਹਾਨੂੰ ਯਾਦ ਹੈ ਚੇਅਰਮੈਨ ਇਹ ਹੀ ਹੋਣਾ ਚਾਹੀਦਾ ਚੌਰੀ ਅਬਦੁੱਲਾ ਹਣਾ ਚੌਰੀ ਅਬਦੁੱਲਾ ਵੇਖਿਆ ਚੰਗੀ ਬਿਲਕੁਲ ਜਗ੍ਹਾ ਤੇ ਬੋਲ ਬੈਠੇ ਚੰਗੀ ਤਰ੍ਹਾਂ ਬੈਠੇ ਚੰਗੀ ਹਾਂ ਜਗ੍ਹਾ ਤੇ ਹੀ ਬੈਠੇ ਅੱਛਾ 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 ਇਹ ਦੱਸੋ ਪੱਟੀ ਸਾਹਿਬ ਹਾਂਜੀ ਇਸ ਕਿਲੇ ਦੇ ਵਿੱਚ ਜਿਹੜੀਆਂ ਮੁਸਲਮਾਨ ਬਰਾਦਰੀਆਂ ਸਨ ਹਾਂਜੀ ਉਦੋਂ 47 ਤੋਂ ਪਹਿਲਾਂ ਠੀਕ ਉਹ ਕਿਹੜੀਆਂ ਕਿਹੜੀਆਂ ਸਰ ਸਾਰੀਆਂ ਬਣਾ ਲਿਆ ਕਿ ਬਿਆਲ ਵੋਚੀ ਜਲਾ ਅੱਛਾ ਹਾਂ ਛੇਹ ਅੱਛਾ ਛੇਹ ਬਲਕਿ ਉਹ ਅੱਛਾ ਬੰਦਾ ਆਇਆ ਛੇਹ ਬਲਵਾਵਾ ਚੱਲਿਆ ਹੋ 25 ਸਾਲ ਰਿਹਾ ਹੋ ਅੱਛਾ ਅੱਛਾ ਸਿੱਖਾ ਦੇ ਵੇਲੇ ਉਹ ਰਿਹਾ ਅੱਛਾ ਅੱਛਾ ਸਿੱਖਾ ਦੇ ਵੇਲੇ ਉਹ ਰਿਹਾ ਉਹ ਰਿਹਾ ਅੱਛਾ ਅੱਛਾ ਉਹ ਕਿਉਂ ਰਿਹਾ ਬਾਹੂ ਅੱਲਾਹ ਤੇ ਹੁੰਦਾ ਹੈ ਕਸ਼ਮੀਰੀ ਹਮ ਸੈਕਟਰੀ ਹਾਂ ਉਹ ਵੀ ਬਹੁਤ ਹੋ ਗਿਆ ਹੈ ਹਾਂ ਹੋਗੇ ਉਹ ਨਹੀਂ ਦਿੰਦਾ ਕੇ ਨੂੰ ਅੱਛਾ ਉਹ ਇਹ ਮਗਦੇਰਾ ਜੁੱਟ ਸੀ ਹੋ ਅੱਛਾ ਅੱਛਾ ਉਹ ਫਿਰ ਇਹ ਇਹਨੂੰ ਇਹ ਚੇਅਰਮੈਨ ਇਹ ਹੁੰਦੇ 25 ਸਾਲ ਕਿਤਾਜੀ ਚੇਅਰਮੈਨ ਅੱਛਾ 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 ਬੰਦਾ ਵੀ ਅੱਛਾ ਸ਼ੇਖ ਬਰਕਤ ਆ ਪਾਕਿਸਤਾਨ ਬਣਨ ਤੋਂ ਪਹਿਲਾਂ ਚੇਅਰਮੈਨ ਹਾਂ ਜੀ ਚੇਅਰਮੈਨ ਹੋਈ ਸੀ ਇਹ ਪਿੰਡ ਦੇ ਵਿੱਚ ਇਹ ਉਦੋਂ ਸ਼ਹਿਰ ਹੀ ਸੀ ਪਿੰਡ ਤੇ ਨਹੀਂ ਹੈ ਖੂਈਆਂ ਐਸਨ ਪਾਣੀ ਭਰਨ ਵਾਲੀਆਂ ਘਰਾਂ 'ਚ ਪਾਣੀ ਖੜਨ ਵਾਲੀਆਂ ਬਹੁਤ ਅੱਲਾਹ ਦਾ ਘਰ ਅਸੀਂ ਜਲ ਸਕਤੀ ਹਣੀ ਅੱਛਾ ਇਦਾਂ ਦੇ ਘਰ ਆ ਸੀ ਇੱਕ ਪਰਾਂ ਦੀ ਖਾਮ ਜੀ ਮੋੜ ਦੇ ਘਰ ਦੇ ਕੋਲ ਉੱਥੇ ਇੱਕ ਹੁੰਦੀ ਸੀ ਠਿੱਕੇ ਵਗਾਰ ਵਿੱਚ ਅੱਛਾ ਅੱਛਾ ਆ ਖੁਈ ਹੁੰਦੀ ਅੱਛਾ ਇਹ ਦੋ ਇੱਕੋ ਪਰ ਅਗਰ ਇਹ ਉਹ ਮੇਰਾ ਉਹ ਨਾ ਦੇ ਖੁਈ ਪੈਂਦੀ ਹੋਏ ਕਮਰਾਦ ਦੇ ਕੋਲ ਹਮ ਹਮ ਸਮਾਨੀਆ ਕੋਲ ਆ ਆ ਇਹ ਸੜਕ ਵਿੱਚੋਂ ਜਾਂਦੀ ਸੀ ਜਦੋਂ ਪਾਕਿਸਤਾਨ ਬਣਨ ਤੋਂ ਪਹਿਲਾਂ ਅੱਜ ਜਿੱਥੇ ਹੁਣ ਬਾਜ਼ਾਰ ਹੈ ਜਿੱਥੇ ਹੁਣ ਬਾਜ਼ਾਰ ਹੈ ਇਹ ਬਾਜ਼ਾਰ ਹੁੰਦਾ ਸੀ ਪਾਕਿਸਤਾਨ ਬਣਨ ਤੋਂ ਪਹਿਲਾਂ ਹਾਂ ਉਹ ਦੱਸ ਇੱਕ ਪੁਰਾਣਾ ਬਾਜ਼ਾਰ ਵੀ ਦੱਸ ਦਿਓ ਨਾ ਉਹ ਪੁਰਾਣਾ ਬਾਜ਼ਾਰ ਉਹਦੀ ਜੋ ਸ਼ਿਆਦ ਗੱਲ ਕਰਦੇ ਸਨ ਤਾਂ ਜੀ ਆ ਬਾਜ਼ਾਰ ਤਾਂ ਜੀ ਆ ਬਾਜ਼ਾਰ ਤਾਂ ਪੁਰਾਣਾ ਪੁਰਾਣਾ ਬਹੁਤ ਕੰਮ ਚਾਹੁੰਦੇ ਅੱਛਾ 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 ਹਾਂ ਜੀ ਤੇ ਇੱਥੇ ਕੋਈ ਠੇਕਾ ਠੂਕਾ ਵੀ ਆਇਆ ਸੀ ਉਸ ਦੌਰ ਚ ਫੀਮ ਦਾ ਕੋਈ ਸ਼ਰਾਬ ਦਾ ਬਾਦ ਜੋ ਇਹ ਪੈਦਾ ਨਹੀਂ ਹੋਇਆ ਪਹਿਲਾਂ ਨਹੀਂ ਹੋਇਆ ਸੁਣਿਆ ਇਥੋਂ ਦੇ ਖਤਰੀ ਜੂਆ ਬੜਾ ਖੇੜਦੇ ਹੋ ਨਹੀਂ ਸੰ ਖੇੜਦੇ ਅਬ ਛੋਲੀਆਂ ਬੜੀਆਂ ਗੱਲਾਂ ਕਰਦੇ ਨੇ ਉਹ ਕਰਨੀ ਜੋ ਹੋਣੀ ਹੈ ਕਰੀ ਅੱਛਾ ਨਹੀਂ ਨਹੀਂ ਖਤਰੀ ਮਜ਼ਦੂਰੀ ਕਰਦੇ ਸਾਂ ਅੱਛਾ ਜੀ ਆਪਣਾ ਕਾਰੋਬਾਰ ਦੁਕਾਨ ਕਾਰੋਬਾਰ ਕਰਦਾ ਪੇ ਕਿਉਂ ਉਹਨਾਂ ਦਾ ਕਾਰੋਬਾਰ ਹੋ ਜਾਂਦਾ ਸਾਡੇ ਪੁੱਲ ਬੰਦੇ ਨੇ ਰੁਪਈਏ ਦਾ ਰੁਪਈਆ ਲੈਣਾ ਉਹ 1 ਰੁਪਈਆ ਦਾ 1 ਪੈਸਾ ਵੀ ਦੇਦਾ ਰਾਤ ਨੂੰ ਢੇਲ ਬਾਰੇ ਰੁਪਈਆ ਦਾ ਇਹ ਖਤਰੀ ਆ ਦੇ ਅੱਛਾ ਅੱਛਾ ਹਾਂ ਉਹ ਆਪਣੇ ਕਾਰੋਬਾਰ ਦਾ ਤੇ ਪਾਕਿਸਤਾਨ ਬਣਨ ਤੋਂ ਪਹਿਲਾਂ ਇੱਥੋਂ ਫਿਰ ਬੱਸ ਲਾਰੀ ਲੰਘਦੀ ਸੀ ਪਾਕਿਸਤਾਨ ਤੋਂ ਪਹਿਲੋ ਪਾਕਿਸਤਾਨ ਤੋਂ ਪਹਿਲੋ ਨਹੀਂ ਨਹੀਂ ਟਾਂਗਿਆਂ ਟੋਂਗਿਆਂ ਤੇ ਜਾਂਦਾ ਟਾਂਗਿਆਂ ਤੇ ਜਾਂਦਾ ਟਾਂਗਿਆਂ ਤੇ ਜਾਂਦਾ ਜਲ ਕੇ ਸਵਾਲ ਹੈ ਅੱਛਾ ਤੇ ਕੋਈ ਇੱਥੇ ਉਸ ਜ਼ਮਾਨੇ ਚ ਕੋਈ ਮਠਿਆਈ ਦੀ ਮਸ਼ਹੂਰ ਦੁਕਾਨ ਹੈ ਸੀ ਵਜਾ ਹੋਰ ਕਸਾਈਆਂ ਦੀ ਦੁਕਾਨ ਮੁਸਲਮਾਨ ਆ ਮਠਿਆਈ ਦੀ ਬਿਲਕੁਲ ਮਸ਼ਹੂਰ ਹੈ ਅੱਛਾ ਉਹ ਕਸਾਈਆਂ ਦੀ ਦੁਕਾਨ ਮਸ਼ਹੂਰ ਰਹੀ ਹੈ ਮਠਿਆਈ ਦੀ ਜੱਦੀ ਪੁੱਛਦੀ ਅੱਛਾ ਅੱਛਾ ਅਜੇ ਵੀ ਹੈ ਅਜੀਬ ਹੈ ਬੜੀ ਪੁਰਾਣੀ ਦੁਕਾਨ ਹੈ ਹਾਂ ਜੀ ਖਤਰੀਆਂ ਛਤਰੀਆਂ ਦੀ ਮਠਿਆਈ ਦੀ ਕੋਈ ਦੁਕਾਨ ਨਹੀਂ ਸੀ ਦਾ ਹੀ ਐਵੀ ਹਾਂ ਗਣੇਸ਼ ਹਲਵਾਈ ਹਾਂ ਜਿੱਲੀ ਕਤਰੀ ਹਾਂ ਇਹਦਾ ਹੀ ਦਿਖਾਦਾ ਦੂ ਹੋਇਆ ਕੀ ਮਜ਼ਾ ਗਣੇਸ਼ ਹਲਵਾਈ ਹਾਂ ਆ ਵੀ ਕਤਰੀ ਅੱਛਾ ਤੇ ਜਿੱਲੀ ਕਤਰੀ ਅੱਛਾ ਇਹਨਾਂ ਦੀਆਂ ਦੁਕਾਨਾਂ ਸਨ ਇਹਦਾ ਜਦ ਕਰ ਲੋ ਇਹ ਕਿੱਥੇ ਕਰ ਕੇ ਸਨ ਇਹਦਾ ਰੈਣਾ ਦੀ ਗਲੀ 'ਚ ਆੜਿਆਂ 'ਚ ਅੱਗੇ ਜਾ ਜੇ ਅੱਗੇ ਜਾਈਏ ਉੱਥੇ ਦੁਕਾਨਾਂ ਸਨ ਉੱਥੇ ਦੁਕਾਨਾਂ ਅੱਛਾ ਇਹ ਗੱਲ ਦੱਸੋ ਹੁਣ ਪੱਟੀ ਸਾਹਿਬ ਤੁਸੀਂ ਗੱਭਰੂ ਸੋ ਹਾਂਜੀ ਸਕੂਲੇ ਗਏ ਨਹੀਂ ਨਹੀਂ ਗਏ ਨਹੀਂ ਗਏ ਤੇ ਤੁਹਾਡੇ ਨਾਲ ਜਿਹੜੇ ਮੁੰਡੇ ਖੇਡਦੇ ਨੇ ਯਾਰ ਹੁੰਦੇ ਨੇ ਜਿਹੜਾ ਮੁੰਡਿਆਂ ਨਾਲ ਖੇਡੀਦਾ ਮੱਲੇਦਾਰ ਖੱਤਰੀਆਂ ਦੇ ਸਿੱਖਾਂ ਦੇ ਉਹਨਾਂ ਦੇ ਕੋ ਨਾਂ ਯਾਦ ਨੇ ਦਾਦਾ ਜੀ ਜੀ ਗਲਦੀਪੀ ਅੱਛਾ ਸ਼ਾਲੀ ਹੂੰ ਕਪੂਰਾ ਹੂੰ ਐ ਕੇਰੂ ਬੰਤੂ ਇਹ ਬੰਦੇ ਯਾਦ ਹੋਵੇ ਕਿਆ ਬਾਤ ਕਿਆ ਬਾਤ ਕਿਆ ਬਾਤ ਕੀ ਖੇਡਦੇ ਹੁੰਦੇ ਹਨ ਕਿਹ ਕਹਿੰਦੇ ਬਾਤ ਕੋਟੀ ਕਬੱਡੀ ਆਪਦੇ ਜੀ ਅੱਛਾ ਆਪਦੇ ਜੀ ਅੱਛਾ ਕੋਟੀ ਕਬੱਡੀ ਇਹ ਦੱਸੋ ਹੁਣ ਸਾਨੂੰ ਜਦੋਂ ਪਾਕਿਸਤਾਨ ਹਿੰਦੁਸਤਾਨ ਬਣਿਆ ਐਲਾਨ ਹੋ ਗਿਆ ਵੀ ਇਹ ਦੋ ਮੁਲਕ ਅਲੱਗ ਅਲੱਗ ਹੋ ਗਏ ਤੇ ਸਿੱਖਾਂ ਤੇ ਖੱਤਰੀਆਂ ਥੋ ਟੁਰ ਜਾਣਾ ਉਦੋਂ ਇੱਥੇ ਕੀ ਵਾਪਰਿਆ ਉਹ ਜੋ ਬੜੀ ਗੱਲ ਵੀ ਬੜਾ ਪਹਿਲਾਂ ਤੋਂ ਕੋਈ ਗੱਲ ਨਹੀਂ ਸੀ ਨਾ ਅੱਛਾ ਜਿਸ ਦਿਨ ਉਹ ਚਲੋ ਆਏ ਨੇ ਨਾ ਮੁਸਲਮਾਨਾਂ ਨਾਲ ਆ ਗਏ ਉਹ ਹਾਂ ਵੱਡੇ ਭਟੇ ਉਹਦੇ ਨਾਲ ਜੋਸ਼ ਚੜਿਆ ਬੰਦੇ ਨੂੰ ਤੇ ਫੇਰ ਇਹ ਝਗੜਾ ਹੋਇਆ ਇੱਥੇ ਅੱਛਾ ਅੱਛਾ ਇਹ ਪਹਿਲਾਂ ਕੋਈ ਨਹੀਂ ਸੀ ਅੱਛਾ ਝਗੜਾ ਹੋਇਆ ਤਾਂ ਫੇਰ ਕੀ ਹੋਇਆ ਫੇਰ ਕਤਲ ਹੋ ਗਈ ਬੰਦੇ ਮਰੇ ਚ ਹਾਂ ਬਿਲਕੁਲ ਮਰੇ ਸਿੱਖ Hindu ਮਰੇ ਬਰੇ ਕਿੰਨੇ ਕੋ ਏ ਕੋਈ ਲੱਗਦੀ ਇੱਕ ਇੱਕ ਦੋਈ ਸਰਦਾਰਿਕ ਦੀ ਕੋਈ ਉਹ ਨਾਂ ਨਹੀਂ ਨਾਂ ਭੁੱਲ ਗਏ ਨਾ ਨਾ আচ্ছা ਚਲੋ ਕੋਈ ਨਹੀਂ ਗੱਲ ਤੇ ਉਹ ਇਸੇ ਮਰੇ ਮਰੇ ਨੇ ਵੇ ਵਡੇਰੇ ਵੱਡੇ ਵੱਡੇ ਜਿਹੜੇ ਸਾਡੇ ਤੋਂ ਬਡੇਰੇ ਹੁੰਦਾ ਹੂੰ ਟੁਰਦੇ ਬਡੇ ਹਾਂ ਉਹਨਾਂ ਵੱਡੇ ਵੱਟ ਉਹਨਾਂ ਵੱਡੇ ਫਟੇ ਇੱਥੋਂ ਦੇ ਬੰਦੇ ਆਂ ਇੱਥੋਂ ਦੇ ਬੰਦੇ ਘਰਾਂਚ ਜਾ ਕੇ ਜਾਂ ਬਾਹਰ ਨਿਕਲ ਬਾਹਰ ਨਿਕਲ ਬਾਹਰ ਜਿਹੜਾ ਟਹਿ ਚੜ ਗਿਆ ਜਿਹੜਾ ਟਹਿ ਚੜ ਗਿਆ ਆਹਾਂ ਅੱਛਾ ਕਰਾਂ ਨੂੰ ਅੱਗਾ ਛੱਗਾ ਦੇ ਨੇ ਲਾਈਆਂ ਉਂਝ ਜਿਹੜਾ ਟੈ ਜਿਹੜਾ ਮਾਰ ਛੜਿਆ ਤੁਸਾਂ ਮਰੇ ਬੰਦੇ ਵੇਖੇ ਨੇ ਹਾਂਜੀ ਵੇਖੇ ਨੇ ਕੋਈ ਬੰਦਾ ਤੁਹਾਨੂੰ ਯਾਦ ਹੋਵੇ ਜਿਹੜਾ ਹਿੰਦੂਆਂ ਸਿੱਖਾਂ ਚ ਮਰਿਆ ਹੋਵੇ ਇਹ ਦੋ ਦਿਨ ਤੱਕ ਜਦ ਕੋਈ ਨਹੀਂ ਮਰਿਆ ਤੇ ਮਾਰ ਦੀ ਬਾਚੀ ਮਰਿਆ ਡੇਉੜੀ ਜਾ ਕੇ ਜਦੋਂ ਸਿੱਖੀ ਦਾ ਯੋਰ ਸੀ ਉੱਥੇ ਉਹਨੂੰ ਕਿਉਂ ਉਹ ਸਿੱਖਾਂ ਮਾਰੇ ਉਹਨੂੰ ਸਿੱਖਾਂ ਮਾਰੇ ਇੱਥੋਂ ਦਾ ਕਿਲੇ ਦਾ ਕਿਲੇ ਦਾ ਬਾਬੂਪੁਰੇ ਦਾ ਉਹ ਕੀ ਲੈਣ ਗਿਆ ਜਗ ਦੇ ਲੜਾਈ ਸ਼ੁਰੂ ਹੋਈ ਸੀ ਅੱਛਾ ਜੰਗ ਸ਼ੁਰੂ ਹੋਈ ਸੀ ਜਗ ਦੇ ਵਿੱਚ ਤੇ ਜੰਗ ਦੇ ਵਿੱਚ ਉਹ ਲੜਨ ਗਿਆ ਲੜਨ ਗਿਆ ਇਹਨੇ ਕਿਲਾ ਖੜਾ ਗਿਆ ਸਾਰਾ ਕਿਲਾ ਦੀ ਉੜੀਆਂ ਗਿਆ ਹਾਂਜੀ ਅੱਛਾ ਅੱਗੋਂ ਫਿਰ ਉਹਨਾਂ ਭਜਾਤਾ ਇੱਕ ਵਾਰੀ ਪਿੱਛਾ ਦਾ ਹਾਂ ਫਿਰ ਇਹ ਚੜ ਗਿਆ ਟਹਿ ਉਹਦਾ ਦੇ ਦੂਜੇ ਦੇ ਟੋਰੇ ਅੱਛਾ ਇਹ ਤੇ ਫੌਜੀ ਦਰਜੀਤ ਕੋ ਉਦਾਦੀ ਉਹ ਉਹਨੇ ਕੋਈ ਨਾ ਫੌਜੀ ਹੋਰ ਕਿਸੇ ਬੰਦੇ ਕੋ ਨਹੀਂ ਸੀ ਅੱਛਾ ਉਹ ਉਹਨੇ ਕੋਈ ਨਾਲ-ਨਾਲ ਦੇਖੇ ਅੱਛਾ ਸਰਦਾਰੀ ਕੋ ਲਾਣੇ ਦਾ ਹੈ ਸਰਦਾਰੀ ਕੋ ਲਾਣੇ ਉਹ ਦੇਖਦੇ ਵੇ ਉਹ ਜੀ ਦਰਜੀ ਨੇ ਨਾ ਉਹਨੇ ਟੁੱਟੇ ਅੱਛਾ ਉਹ ਉਹਨੇ ਪੈਸੇ ਕਰੇ ਡੇ ਲਗਾ ਦੇ ਇਹ ਬਾਦ ਜੀ ਬਾਦ ਜੀ ਨੇ ਟਾਇਰ ਨਾਲ ਚੱਲ ਗਿਆ ਸੇਮ ਦੇ ਉੱਤੇ ਅੱਛਾ ਉਹਦਾ ਕੋਹਣੀਓਂ ਚੱਲਿਆ ਗਿਆ ਚੱਲ ਕੇ ਬਾਦ ਕੇ ਕਲਪਾਨਾ ਉਹ ਮਾਰਿਆ ਅੱਛਾ ਬਾਦ ਜੀ ਨੇ ਮਾਛੀ ਤੁਹਾਡੇ ਇਥੋਂ ਦਾ ਰਹਿਣ ਵਾਲਾ ਬਿਲਕੁਲ ਮੁਹੱਮਦਪੁਰ ਦਾ ਭਲਾ ਤਲੇ ਜਵਾਨ ਅੱਛਾ ਜੀ ਕਿਹੜਾ ਕਿਲੇ ਦੱਸ ਦਿਓ ਜਿਹੜਾ ਹਮਲਾ ਹੋਇਆ ਹਾਂ ਜੀ ਇਹ ਉਥੋਂ ਇਥੋਂ ਕਿਲਿਆਂ ਇਕੱਠੇ ਹੋ ਕੇ ਨਿਕਲਦੇ ਹਨ ਸਿੱਖ ਤੇ ਹਿੰਦੂ ਰਾਤੋਂ ਰਾਤ ਨਿਕਲ ਗਏ ਰਾਜ ਫੜਿਆ ਫਿਰ ਉਹਨਾਂ ਨੇ ਕਿੱਥੇ ਇਹ ਨਹੀਂ ਪਤਾ ਕਿੱਥੇ ਵੜ ਗਿਆ ਅੱਛਾ ਗਰਦਾਬ ਉਹ ਵਾਵਾ ਬੰਦੇ ਨਹੀਂ ਨਹੀਂ ਉਂਝੇ ਤੁਹਾਨੂੰ ਪਤਾ ਵੀ ਵਾਵਾ ਬੰਦੇ ਮਾਰੇ ਮਰੇ ਆਹ ਆਹ ਤੇ ਖਤਰੀ ਕੁਤਰੀ ਇੱਥੇ ਅਮੀਰ ਸਨ ਹਾਂ ਤੇ ਉਹਨਾਂ ਨੇ ਫਿਰ ਘਰ-ਬਾਰ ਵੀ ਤਾਂ ਲੁੱਟੇ ਉਹਨੇ ਮਾਲ-ਸ਼ਾਲ ਹੋਣਾ ਵਾਵਾ ਲੋਕਾਂ ਨੂੰ ਲੁੱਟੇ ਹੋਵੇ ਨਾ ਦੁਕਾਨਾਂ ਸ਼ਕਾਨਾਂ ਲੋਕਾਂ ਆਪਣੇ ਜਾਨਾਂ ਚੋਰੀ ਪਈ ਜਿਉਂ ਉਹਦੇ ਟੇੜਾ ਕੀ ਹੋਇਆ ਅੱਛਾ ਤੇ ਇਹ ਫਿਰ ਬਾਜ਼ਾਰ ਬਜ਼ੂਰ ਬੰਦ ਖੁੱਲੇ ਸੁੰਸਾਨ ਖੁੱਲੇ ਜਿਲੇ ਜਿਲੇ ਜੀ ਆਦੇ ਹੋਵੇ ਵੜ ਜਗਾ ਨੇ ਉਵੇਂ ਉਵੇਂ ਵੜਦੇ ਆ ਤੁਹਾਨੂੰ ਉਸ ਦੌਰ ਦੀ ਕੋਈ ਗੱਲ ਯਾਦ ਹੋਵੇ ਜਦੋਂ ਇੱਕ ਗਦਰ ਮਚਿਆ ਜੰਗ ਲੱਗੀ ਏ ਤੁਸੀਂ ਆਪਣੇ ਅੱਖੀ ਕੋ ਬੱਚਾ ਕੋ ਬੁੱਢਾ ਕੋ ਵਡੇਰਾ ਜਿਹੜਾ ਨੂੰ ਮਰਦਾ ਵੇਖਿਆ ਹੋਵੇ ਬੇਬਸ ਵੇਖਿਆ ਹੋਵੇ ਜਾਂ ਕਿਸੇ ਉਹਦੀ ਮਦਦ ਕੀਤੀ ਹੋਵੇ ਨਹੀਂ ਵੇਖੀ ਅੱਛਾ ਕੋਈ ਬੰਦੇ ਇਥੇ ਇਹੋ ਜਿਹੀ ਬੈਸਣ ਜਿਨ੍ਹਾਂ ਨੇ ਉਹਨਾਂ ਦੀ ਮਦਦ ਕੀਤੀ ਹੋਵੇ

अच्छा, अच्छा, अच्छा। अच्छा मेहरबानी जी बुजुर्ग असलाकुम अच्छा गल सुनो

ਮੇਰੇ ਪਿਓ ਨੂੰ ਆਕੇ ਆ ਚਾਚਾ ਆ ਖੁਸ਼ੀ ਜਿਹਦਾ ਤੜਪ ਗਿਆ ਹੈ ਨਾ ਖੁਸ਼ੀ ਉਹਨਾਂ ਦੇ ਨਾਲ ਜੀ ਜੀ ਹਾਂ ਆ ਉਹ ਉਹ ਖੁਸ਼ੀ ਜਿਹੜਾ ਹੈ ਉਹ ਨੇ ਆਖਿਆ ਚਾਚਾ ਮੈਨੂੰ ਇਹ ਨਾ ਇਹਦਾ ਇਹਦਾ ਹਾਂ ਸੇਗਾ ਦਾ ਸੋਗਾ ਉਹ ਕਿੱਡੇ ਕੁ ਸੋ ਜਦੋਂ ਪਾਕਿਸਤਾਨ ਬਣਿਆ ਜਦੋਂ ਤੁਸੀਂ ਪਹਿਲਵਾਨੀ ਪਲੋਨੀ ਕਰਦੇ ਹੋ ਜਾਂ ਤੇਲ ਸੋਲ ਮਾਰਦੇ ਵਾ ਵਾ ਨਹੀਂ ਕਿੱਡੇ ਨੂੰ ਵਿਆਹ ਹੋਇਆ ਸੀ ਤੁਹਾਡਾ ਹਾਂ ਨਹੀਂ ਨਹੀਂ ਵਿਆਹ ਇਹ ਉਹ ਨੋਖਾ ਸਿੰਘ ਦੇ ਉਹਦੇ ਨਾਲ ਵੀ ਘੁੱਲਦੇ ਹੁੰਦੇ ਹੋ ਹਾਂ ਨੋਖਾ ਸਿੰਘ ਨਾਲ ਉਹ ਕੀ ਲੱਗਦਾ ਹਜੇ ਲੱਗਦਾ ਕੋਈ ਨਹੀਂ ਬਰਾਦਰੀ ਇਸ ਲਾਦਰੀ ਤੇ ਆੜੇ ਲੰਬੜ ਸਣ ਇੱਥੇ ਰਹਿੰਦੇ ਆੜੇ ਸਫੈਦ ਪੋਜ ਸਣ ਹਾਂ ਹਾਂ ਬਾਦਲ ਸਿੰਘ ਕੇ ਹਾਂ ਇਹ ਤੁਹਾਡੇ ਲੱਗਦੇ ਸਨ ਹਾਂ ਨੇੜੇ ਨੇੜੇ ਹੀ ਸਨ ਨੇੜੇ ਹੀ ਸਨ ਤੁਹਾਡੇ ਹਾਂ ਉਹ ਉਹਨਾਂ ਦੇ ਵਿੱਚੋਂ ਇੱਕ ਤਾਂ ਬੰਦਾ ਸੀ ਜਨਾਬ ਬੰਦੀਏ ਬੰਦਾ ਮਰਜੀ ਇਹ ਬਾਝ ਲਈਏ ਬਾਝ ਲਵੇ ਅੱਛਾ ਤੇ ਉਹ ਆ ਬਾਜੀਆਂ ਲਾਂਦਾ ਸੀ ਲਾਂਦਾ ਸੀ ਉਹਦਾ ਕੀ ਨਾਂ ਸੀ ਉਹਦੇ ਨਾਂ ਵੀ ਬਲਵੰਤ ਸਿੰਘ ਬਲਵੰਤ ਸਿੰਘ ਉਹ ਬਾਜੀਆਂ ਬੜੀਆਂ ਲਾਂਦਾ ਸੀ ਬਾਜੀਆਂ ਜਿੰਨਾ ਮਰਜੀ ਬੰਦਾ ਨਾਲ ਫੜ ਜਲ ਹੈ ਉਹਨੂੰ ਫੜਨੇ ਹੀ ਸਭ ਅੱਛਾ ਤੁਸੀਂ ਗੱਲ ਸੁਣਾਉਂਦੇ ਸੁਪੈ ਕਿ ਦੋ ਇੱਥੇ ਮਾਰ ਛੜੇ ਸਨ ਹਾਂ ਉਹ ਉਹ ਕਿਹੜਾ ਕਿਹੜਾ ਜਿਹੜੇ ਮਾਰ ਛੜੇ ਸਨ ਅੱਬਨ ਅੱਬਨ ਤੁਸਾਂ ਗੋ ਮਾਰਿਆ ਬੰਤੂ ਸਿੰਘ ਹਾਂ ਇੱਕ ਇੱਕ ਹੋਰ

ਉਹ ਰਾਇਆ ਰਾਇਆ ਵਾਲਾ ਖੂਸ ਉਧਰ ਰਾਇਆ ਵਾਲਾ ਖੂਸ ਇਹ ਜਿਹੜਾ ਸਤਾਰ ਲੰਬੜ ਵਾਲਾ ਘਰ ਏ ਜਿਹਦੇ ਚੋਂ ਸਤਾਰ ਲੰਬੜ ਰਾਜਪੁੱਤ ਰਹਿੰਦਾ ਹੈ ਹਾਂ ਇਹ ਘਰ ਕਿਦਾ ਸੀ ਇਹ ਉਹ ਉਹ ਨਾਮ ਦਾ ਥੇ ਸਰਦਾਰ ਹੈ ਸਰਦਾਰ ਕਿਹਾਗਾ ਕਿਦਾ ਸਰਦਾਰ ਸਸਹਾਰ ਸਰਦਾਰ ਕੇ

ਅੱਗ ਲੈ ਅਸਾ ਦੀ ਇਹ ਦੋ ਦੀ ਹਾਂ ਦੇ ਦੇ ਤੇ ਉਹ ਨਾ ਇਹ ਨਾ ਇਹ ਤੇ ਬੁੜੇ ਕਿਹ ਬੋਲ ਆਇਆ ਅੱਛਾ ਤੇ ਫੋਨ ਪਨਾ ਕੇ ਜਾ ਲੈ ਤੇ ਕਿਹ ਬੋਲ ਆਇਆ ਅੱਪ ਨਹੀਂ ਆਈ ਇਹ ਜੀ ਲੈ ਲੈ ਸੁਣ ਦੇ ਇੱਕ ਅੱਛਾ ਆ ਆ ਹਾ ਲਾ ਆ ਖਾ ਖਾ ਉਹ ਕਰਦਾ ਉਹ ਨਾਂ ਮਿਲਨ ਤਾਂ ਦਿਲ ਕਰਦਾ ਜੇ ਕਿ ਨਹੀਂ ਹੈ ਮਿਲਨ ਤਾਂ ਦਿਲ ਕਰਦਾ ਜੇ ਉਹਨਾਂ ਕੋਲ ਜੀ ਆ ਉਹ ਮਿਲਣ ਜੇ ਆ ਜਾ ਜੇ ਕਰਦਾ ਹੀ ਹੈ ਕਰਦਾ ਜੇ ਦਿਲ ਤੁਹਾਡਾ ਖੂਨ ਸੀ ਤੁਹਾਡੇ ਭਰਾ ਸਨ ਮਿਲਨ ਤੇ ਦਿਲ ਕਰਦਾ ਹਾਂ ਅੱਲਾਹ ਤੁਸੀਂ ਚੋਇ ਸਭ ਦੱਸ ਦਿਓ ਇੱਥੇ ਸੰਧੂਆਂ ਦਾ ਘਰ ਸੀ ਇੱਕ ਹਾਂਜੀ ਸਿੱਧੂਆਂ ਦਾ ਹਾਂ ਉਹ ਸਿੱਧੂ ਜਿਹੜੇ ਨੇ ਉਹ ਜਿਹੜਾ ਜਿਦਾਰ ਸਿੰਘ ਜਿਨੇ ਆਬਾਦ ਕੀਤਾ ਕਿਲਾ ਉਹਦੀ ਇਲਾਵਾ ਸੀ ਉਹਦੀ ਇਲਾਵਾ ਲਾਭ ਸਿੰਘ ਸੀ ਲਾਭ ਸਿੰਘ ਦਾ ਪਤਾ ਜਿਹੜਾ ਸੀ ਜਿਹੜਾ ਤੁਸੀਂ ਦੱਸਦੇ ਲਾਭ ਸਿੰਘ ਦੀ ਹਵੇਲੀ ਸੀ ਜਰਾ ਅੱਗੇ ਹੋ ਅੱਗੇ ਲਾਭ ਸਿੰਘ ਦੀ ਹਵੇਲੀ ਆ ਤੁਸੀਂ ਇਹਦੇ ਚ ਆ ਆ ਤੁਸੀਂ ਲਾਭ ਸਿੰਘ ਦੀ ਹਵੇਲੀ ਵੇਖੀ ਹੈ ਹਾਂ ਉਹ ਕਿੰਨੇ ਕੋ ਘਰ ਸਨ ਲਾਭ ਸਿੰਘ ਦੇ ਲਾਭ ਸਿੰਘ ਕੇ ਦੇ ਉਹਨਾਂ ਦੀ ਪੂਰੀ ਕਾਫੀ ਬਰਾਦਰੀ ਸੀ ਬਰਾਦਰੀ ਸੀ ਅੱਛਾ ਲਾਂ ਦੀ ਪੱਤੀ ਚੜ ਦੀ ਪੱਤੀ ਜਿਹੜੀ ਸਾਰੀ ਉਹਨਾਂ ਦੀ ਸੀ ਲਾਭ ਸਿੰਘ ਦੀ ਸੀ ਉਹਦੀ ਹਵੇਲੀ ਤੁਸੀਂ ਵੇਖੀ ਲਾਭ ਸਿੰਘ ਦੀ ਅੱਛਾ 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 ਆ ਠੀਕ ਹੈ ਉਹ ਪੂਰਾ ਜਿਹੜਾ ਨਾ ਲੰਦੀ ਚੜਦੀ ਪੱਤੀ ਜਿਹੜੀ ਹੈ ਸਾਰੀ ਸਿੱਧਵਾਂ ਦੀ ਸੀ ਜੀਦਾਰ ਸਿੰਘ ਦੀ ਔਲਾਦ ਦੇ ਵਿੱਚ ਜੀਦਾਰ ਸਿੰਘ ਦੀ ਔਲਾਦ ਦੇ ਵਿੱਚ ਇੱਕ ਤੁਸੀਂ ਦੱਸ ਦਿਓ ਕਿ ਲక్ష్ਮੀ ਮਾਈ ਕੋਈ ਉਹ ਮੁਸਲਮਾਨ ਹੋ ਗਈ ਸੀ ਲక్ష్ਮੀ ਨਹੀਂ ਮੁਸਲਮਾਨ ਨਹੀਂ ਹੋਈ ਨਸ ਚਲੀ ਗਈ ਹੈ ਉਹਦੇ ਭਰਾ ਪਰੋ ਗਿਆ ਆ ਹਨ ਲੈ ਗਿਆ ਹਨ ਉਸੇ ਦੌਰਾਨ ਉਸੇ ਦੌਰਾਨ ਉਹਦੇ ਭਰਾ ਇਸਨ ਲੈ ਗਏ ਸਨ ਅੱਛਾ 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 ਲੈ ਬਾਕੀ ਦਾ ਸਾਡੇ ਸੰਨਾ ਉਹ ਇਥੇ ਦੋ ਬੰਦੇ ਨੇ ਨੇੜੇ ਹੋ ਜਾ ਜ਼ਰਾ ਨੇੜੇ ਜਿਹੜੇ ਦੋ ਬੰਦੇ ਹਨ ਜੀ ਹੁਸ਼ਾਲੀ ਉਹਦਾ ਫਾਰਮੰਦ ਹੀ ਪਹਿਲੇ ਮੁਸਲਮਾਨ ਹੋਇਆ ਹੈ ਹਾਂ ਤੇ ਜਿਹੜਾ ਮੱਲਾ ਸਿੰਘ ਸੀ ਨਾ ਉਹ ਮੁਸਲਮਾਨ ਹੋਇਆ ਇੱਥੇ ਉਹਨਾਂ ਨੇ ਆਪਣਾ ਨਾਮ ਰੱਖਿਆ ਅਬਦੁੱਲਾ ਹਾਂ ਹਾਂ ਅਬਦੁੱਲਾ ਉਹਦਾ ਫਿਰ ਕੋ ਬੇਟਾ ਸੀ ਹਾਂ ਉਹਦਾ ਕੋ ਬੇਟਾ ਸੀ ਬਰਕਤ ਅੱਛਾ ਹਾਂ ਬਰਕਤ ਦੀ ਵਿਰਾਸਤ ਜਿਹੜੀ ਹੈ ਨਾ ਸਾਡੇ ਵਾਲਾ ਸਾਹਿਬ ਨੂੰ ਮੁਹੰਮਦ ਸਦਿਕ ਨੂੰ ਮਿਲੀ ਤੁਹਾਡੇ ਕੋਲ ਕੋਈ ਕਾਗਜ਼ ਸੀ ਤੁਸੀਂ ਉੱਥੇ ਘਰ ਛੱਡ ਆਇਆ ਹਾਂ ਜਿਹੜਾ ਪੜ੍ਹ ਦੇ ਸੋ ਫਿਰ ਅੱਛਾ ਓ ਸਿਜਰਾ ਜਿਹੜਾ ਨਾ ਜੀ ਸਾਡਾ ਉਹਨਾਂ ਨਾਲ ਮਿਲਦਾ ਸਾਰੇ ਇਹ 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 ਜਿਹੜੇ ਬਜ਼ੁਰਗ ਨੇ ਤੁਹਾਡੇ ਵਾਲਿਦ ਸਾਹਿਬ ਨੇ ਜੀ ਜੀ ਇਹਨਾਂ ਦੇ ਵਾਲਿਦ ਦਾ ਕੀ ਨਾਮ ਸੀ ਖੁਸ਼ਹਾਲੀ ਹੋ ਰਫਾਮ ਖੁਸ਼ਹਾਲ ਤੁਹਾਡੇ ਦਾਦਾ ਜੀ ਦਾ ਨਾਮ ਸੀ ਖੁਸ਼ਹਾਲੀ ਹਾਂ ਤੁਸੀਂ ਉਹਨਾਂ ਦੇ ਪੋਤਰੇ ਹੋ ਜੀ ਜੀ ਇਹ ਉਹਨਾਂ ਦੇ ਪੜਪੋਤਰੇ ਨੇ ਹਾਂਜੀ ਹਾਂ ਇੰਜ ਗੱਲ ਹੈ ਨਾ ਜੀ ਇਹ ਵੀ ਉਹਨਾਂ ਦੇ ਪੜਪੋਤਰੇ ਨੇ ਜੀ ਅੱਛਾ ਅੱਛਾ ਇਹਨਾਂ ਦਾ ਕੋਈ ਬੇਟਾ ਹੈ ਕੋਈ ਨਾ ਇਹ ਮੁਹੰਮਦ ਹਨਾ ਮੁਹੰਮਦ ਹਨਾਨ ਹੈ ਇਹ ਮਾਸ਼ਾਅੱਲਾ ਪੋਤੜਿਆਂ ਪਰ ਪੋਤੜਿਆਂ ਵਾਲੇ ਹੋ ਜੀ ਆ ਹੁਣ ਜਰਾ ਬਡੇਰੇ ਹੋ ਗਏ ਨੇ ਲੰਬੀ ਗੱਲ ਨਹੀਂ ਕਰ ਸਕਦੇ ਬੜੀ ਮਿਹਰਬਾਨੀ ਇਹਨਾਂ ਸਾਨੂੰ ਟਾਈਮ ਦਿੱਤਾ ਹੈ ਇਹ ਰਹਿ ਰਹਿ ਗਿਆ ਹਾਂ ਹਾਂ ਅੱਜ ਚੰਗੇ ਬਲੇ ਪੈਸੇ ਪੈਸੇ ਵੀ ਉਹ ਨਾ ਆਖਿਆ ਵੀ ਉਹ ਜੂਰ ਸਿੰਘ ਜਿਹੜਾ ਆਇਆ ਸੀ ਨਾ ਉਹ ਉਹ ਜੂਰ ਸਿੰਘ ਕੀ ਲੱਗਦਾ ਸੀ ਤੁਹਾਡਾ ਉਹ ਉਹ ਵੀ ਬਲਾਦਰੀ ਸੀ ਅੱਛਾ ਉਹ ਤੁਹਾਡਾ ਸੱਕਾ ਹੀ ਹੋ ਤੇ ਉਜਾਗਰ ਸਿੰਘ ਸੀ ਬਾਦਰ ਸਿੰਘ ਸੀ ਹਾਂ 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 ਬਾਦਰ ਸਿੰਘ ਦੇ ਜਾਗਰ ਸਿੰਘ ਤੁਹਾਡੇ ਸੱਚੇ ਸੱਕੇ ਸਨ ਹਾਂ ਅੱਛਾ ਅੱਛਾ ਉਹ ਹੋ ਗਿਆ ਹੁਣ ਤੁਹਾਡੀ ਉਮਰ ਕਿੰਨੀ ਹੋਣੀ ਹੈ ਮੇਰੇ ਅੰਦਰ ਕਾ चलो कोई नहीं है। अच्छा बड़ी मेहरबानी मुझे बहुत अच्छा सू दस जी बड़ी मेहरबानी मुझे